अस्सलाम वालेकुम सज्जनों ते मित्रों, मैं अज 343 चक जराहां दे विच आया होया वां ते मैं तुहाडी मुलाकात एक बुजुर्ग नाल करवाउण लगा जिहड़ा उस वक्त उजाड़ियां दे वेले 19 सालां दे जवान सीगे ते उह सानूं अपने दौर दीआं याददाश्तां सानूं रिकॉर्ड करवाउणगे ते हाज़र मिलदे आ उहनां दे नाल। अपना अस्सलाम वालेकुम बुजुर्ग। सलाम। ते अपना नाम दस्सिओ जी। अब्दुल हमीद। ते ਤੁਸੀਂ ਜਿਹੜੇ ਇਸ ਚੱਕ 'ਚ ਬੈਠੇ ਆ, ਹਾਂਜੀ, ਇਹਦਾ ਨਾਂ ਕੀ ਆ? 343 ਜੁੜਾਹਾਂ ਕਹਿ ਕੇ ਬੋਲਦੇ ਆ। ਅੱਛਾ, ਇਸ ਪਿੰਡ ਦੇ ਬਾਰੇ ਸਾਨੂੰ ਕੋਈ ਦੱਸਿਓ ਹਾਂ ਬੱਲਾ ਕਿ ਜਦੋਂ ਉਜਾੜੇ ਪਏ ਸੀਗੇ ਇਸ ਪਿੰਡ ਦੇ ਵਿੱਚ ਕਿਹੜੀ ਕਿਹੜੀ ਕੌਮਾਂ ਵੱਸਦੀਆਂ ਸੀਗੀਆਂ? ਇੱਥੇ ਮੁਸਲਮਾਨ ਜ਼ਿਆਦਾ ਸੀ, 5-6-7 ਘਰ ਸੀਗੇ ਹਿੰਦੂਆਂ ਦੇ ਜਿਹੜੇ ਦੁਕਾਨਾਂ ਕਰਦੇ ਸੀ। ਅੱਛਾ। ਅਤੇ ਇੱਕ ਸਿੱਖਾਂ ਦਾ ਸੀ, ਉਹ ਲੁਹਾਰਾ ਦਿਖਾਉਣਾ ਕਰਦਾ ਸੀ, ਬਾਕੀ ਤਮਾਮ ਮੁਸਲਮਾਨ ਸੀ। ਅਤੇ ਮੁਸਲਮਾਨ ਜਿਹੜੇ ਉਹ ਕਿਹੜੀ ਬਰਾਦਰੀ ਬੈਠੀ ਇੱਥੇ? ਰਾਈ। ਰਾਈ, ਜਿਹਨਾਂ ਨੇ ਇਹ ਪਿੰਡ ਆਬਾਦ ਕਰਿਆ? ਹਾਂਜੀ, ਜੜਾਹਾਂ ਪਿੰਡ ਆਬਾਦ। ਅਤੇ ਇਹ ਪਿੱਛੇ ਜਿਹੜੇ ਰਾਈ ਨੇ ਜਿਹਨਾਂ ਨੇ ਇਹ ਪਿੰਡ ਵਸਾਇਆ ਸੀਗਾ, ਇਹ ਪਿੱਛੋਂ ਕਿੱਥੋਂ ਉੱਠ ਕੇ ਆਇਆ ਸੀਗਾ? ਉਹ ਪਿੱਛੇ ਵੀ ਜੜਾਹਾਂ ਸੀ, ਲੁਧਿਆਣੇ ਦੇ ਜ਼ਿਲ੍ਹੇ 'ਚ। ਅੱਛਾ। ਉਹ ਜੜਾਹਾਂ ਹੀ ਸੀ ਉਹਦਾ ਪਿੰਡ ਦਾ ਨਾਂ। ਉਹਦੇ ਨੰਬਰ ਨਹੀਂ ਸੀ ਹੁੰਦੇ ਉੱਧਰ, ਇੰਡੀਆ 'ਚ ਨੰਬਰ ਨਹੀਂ ਸੀ। ਠੀਕ ਆ। ਉਹ ਇਕੱਲਾ ਜੜਾਹਾਂ ਵੱਜਦਾ ਸੀ ਉਸ ਨਾਂ 'ਤੇ, ਫਿਰ ਇਹ ਜੜਾਹਾਂ ਇਹਨਾਂ ਨੇ ਰੱਖਿਆ ਅਤੇ ਅੰਗਰੇਜ਼ਾਂ ਨੇ ਫਿਰ ਜਿਵੇਂ ਕਹਿੰਦੇ ਜ਼ਮੀਨ ਦਿੱਤੀ ਹੈ ਨਾ, ਉਹਨਾਂ ਨੇ 343 ਨੰਬਰ ਬਣਾਇਆ। ਅੱਛਾ, ਉਸ ਵਕਤ ਇਸ ਪਿੰਡ ਦਾ ਨੰਬਰਦਾਰ ਕੌਣ ਸੀਗਾ? ਜਮਾਲਦੀਨ। ਚੰਗਾ ਬੰਦਾ, ਤਗੜਾ ਸੀਗਾ? ਤਗੜਾ ਬੰਦਾ ਸੀ। ਪਹਿਲਾਂ ਤਾਂ ਉਸ ਤੋਂ ਬਾਅਦ ਪਹਿਲਾਂ ਤਾਂ ਉਹਦਾ ਜਦ ਆਬਾਦੀ ਕੀਤੀ ਹੈ ਨਾ, ਉਸ ਬਾਅਦ ਜਮਾਲਦੀਨ ਦਾ ਬਾਪ ਸੀ ਲੱਖਣ, ਉਹ ਸੀ ਲੰਬੜਦਾਰ। ਠੀਕ ਆ। ਉਹ ਫਿਰ ਥੋੜ੍ਹੀ ਦੇਰ ਬਾਅਦ ਸਾਡੀ ਸੰਭਾਲ 'ਤੇ, ਪਹਿਲਾਂ ਉਹ ਫੌਤ ਹੋ ਗਿਆ, ਅਸੀਂ ਛੋਟੇ ਛੋਟੇ ਸੀਗੇ, ਉਹ ਫੌਤ ਹੋ ਗਿਆ ਤਾਂ ਫਿਰ ਜਮਾਲਦੀਨ ਕੋਲ ਨੰਬਰਦਾਰੀ ਆ ਗਈ। ਬੜਾ ਆਦਮੀ ਸਾਫ਼ ਸੀ, ਸੁਸਰਾ ਸੀ, ਝੂਠੇ ਦੀ ਮਦਦ ਨਹੀਂ ਸੀ ਕਰਦਾ, ਸੱਚੇ ਦੀ ਕਰਦਾ ਸੀ। ਝੂਠੇ ਨੂੰ ਕਹਿੰਦਾ ਸੀ ਝੂਠਾਂ। ਇਹ ਜਿਹੜਾ ਪਿੰਡ ਸੀ ਕਿੰਨੇ ਮਰਬਿਆਂ ਵਿੱਚ ਵਸਿਆ ਸੀਗਾ? 60 ਮਰਬਿਆਂ ਦਾ। ਅੱਛਾ। ਅਤੇ ਉਹਨਾਂ ਨੰਬਰਦਾਰਾਂ ਦੀ ਜ਼ਮੀਨ ਕਿੰਨੀ ਸੀਗੀ? ਲੰਬੜਦਾਰ ਨੂੰ ਜਿਹੜੀ ਉਹਦੀ ਜ਼ਮੀਨ ਸੀਗੀ, ਇੱਕ ਮੁਰੱਬਾ ਤਾਂ ਜਿਹੜਾ ਉਹ ਮਿਲਾਇਆ ਸੀ ਨਾ ਅੰਗਰੇਜ਼ ਨੇ ਦਿੱਤਾ ਸੀ, ਅੱਧਾ ਲੰਬੜਦਾਰੀ ਦਾ ਸੀ, ਡੂਢ ਮੁਰੱਬਾ ਸੀ। ਅੱਜ ਉਸਦੇ ਜਿਹੜੇ ਬੱਚੇ ਆ, ਜਿਹੜੀ ਕਮਾਈ ਕਰ ਕੁਰ ਕੇ ਕੁਛ ਉਹਨਾਂ ਨੇ ਆਬਾਦਕਾਰੀ 'ਤੇ ਜ਼ਮੀਨ ਜਮਾਲਦੀਨ ਨੇ ਲੈ ਲਈ, ਕੁਛ ਗਾਹਾਂ ਨਿਲਾਮੀਆਂ 'ਚੋਂ ਜਾਂ ਆਪਣੇ ਵਿਕਦੀ ਲੈ ਲਈ, ਹੁਣ 5-6 ਮੁਰੱਬੇ ਤੋਂ ਜ਼ਿਆਦਾ ਬਣਾਈ ਬੈਠੇ ਆ। ਅੱਛਾ। ਅਤੇ ਇਸ ਵਕਤ ਉੱਥੇ ਜਿਹੜੇ ਜ਼ਿੰਮੇਦਾਰ ਇੱਥੇ ਜਿਹਨਾਂ ਨੇ ਪਿੰਡ ਆਬਾਦ ਕਰਿਆ ਸੀ, ਉਸ ਵੇਲੇ ਉਹਨਾਂ ਨੂੰ ਹਰ ਇੱਕ ਨੂੰ ਕਿੰਨੀ ਕਿੰਨੀ ਜ਼ਮੀਨ ਅੰਗਰੇਜ਼ਾਂ ਨੇ ਦਿੱਤੀ ਸੀਗੀ? ਉਹਨਾਂ ਨੂੰ ਦਿੱਤਾ ਇੱਕ ਇੱਕ ਮੁਰੱਬਾ, ਰਾਈ ਨੂੰ ਇੱਕ ਇੱਕ ਮੁਰੱਬਾ ਹੀ ਦਿੱਤਾ ਉਹਨਾਂ ਨੇ। ਅੱਛਾ ਅੱਛਾ। ਬਾਕੀ ਕੌਮਾਂ ਨੂੰ ਜ਼ਿਆਦਾ ਦਿੱਤੀ ਆ, ਰਾਈ ਨੂੰ ਇੱਕ ਇੱਕ ਮੁਰੱਬਾ। ਅੱਛਾ। ਅਤੇ ਦੂਸਰੇ ਵੀ ਜਿਹੜੇ ਤੁਸੀਂ ਕਹਿ ਰਹੇ, ਇਸ ਦੇ ਵਿੱਚ ਇੱਕ ਘਰ ਸਿੱਖਾਂ ਦਾ ਸੀਗਾ? ਉਹ ਸਿੱਖਾਂ ਦਾ ਸੀਗਾ, ਉਹ ਢੋਲਣ ਦਾ ਸੀ, ਉਹ ਲੁਹਾਰਾ ਦਿਖਾਉਣਾ ਹੀ ਕਰਦੇ। ਅੱਛਾ। ਅਤੇ ਜਿਹੜੇ ਦੂਸਰੇ ਹਿੰਦੂ ਸੀਗੇ ਉਹ ਆ ਇੱਧਰ ਛੋਟ ਸ਼ਹਿਰ ਦੇ ਸੀ। ਅੱਛਾ। ਕੀ ਨਾਂ ਸੀ ਉਹਨਾਂ ਦੇ? ਉਹਨਾਂ ਦੇ ਨਾਂ, ਇੱਕ ਦਾ ਨਾਂ ਮੀਹਣ ਸੀ, ਦੀਵਾਨ, ਹੁਕਮਾ, ਦਿਆਲਾ, ਅੰਬੀਰਾ, ਕਰਮ, ਚੋਧਾ। ਅੱਛਾ। ਇਹ ਹਿੰਦੂ ਸੀਗੇ। ਅੱਛਾ। ਇੱਥੇ ਉਹਨਾਂ ਦੀ ਦੁਕਾਨਾਂ ਸੀਗੀਆਂ? ਇੱਥੇ ਉਹਨਾਂ ਦੀ ਦੁਕਾਨਾਂ ਅਤੇ ਸੀਗੇ ਉਹ ਸ਼ੋਰਕੋਟ ਸ਼ਹਿਰ ਦੇ ਜਾਂ ਸ਼ੋਰਕੋਟ ਸਟੇਸ਼ਨ? ਉਹ ਹੈ ਨਹੀਂ ਆ ਪਾਲੇ ਪਾਸੇ ਕੈਂਪ ਰਵਾਉਣਾ ਕੀ ਆ ਉਹ, ਉੱਥੇ ਦੇ। ਅੱਛਾ, ਕੈਂਪ ਰਵਾਉਣੇ। ਠੀਕ ਠੀਕ। ਦੁਕਾਨਾਂ ਉਹਨਾਂ ਦੀ ਕਿੱਦਾਂ ਚੱਲਦੀਆਂ ਸੀਗੀਆਂ? ਇਵੇਂ ਬਸ ਆ, ਰੋਟੀ ਨੂੰ ਕੜਾਕਾ ਲਾਈ ਬੈਠੇ ਸੀ, ਕੋਈ ਸਬਜ਼ੀ ਵੇਚਦਾ ਵਾ ਦੁਕਾਨ 'ਚ ਰੱਖ ਕੇ, ਕੋਈ ਦੇਖਣਾ ਕਰਿਆਨਾ ਵੇਚੀ ਜਾਂਦਾ ਆਪਣਾ, ਪਿੱਛੇ ਵੀ ਉਹ ਉਹਨਾਂ ਦਾ ਕਾਰੋ ਖੇਤੀ ਖੂਤੀ ਹੋਊਗੀ। ਤੁਸੀਂ ਉਸ ਵਕਤ ਆਪਣੇ ਬਚਪਨ ਨੂੰ ਜ਼ਰਾ ਯਾਦ ਕਰਕੇ ਦੱਸੋ ਹਾਂ ਬੱਲਾ ਕਿ ਉਸ ਵੇਲੇ ਇੱਥੇ ਜ਼ਿੰਦਗੀ ਕਿੱਦਾਂ ਦੀ ਹੁੰਦੀ ਸੀਗੀ? ਉਸ ਵੇਲੇ ਦੀ ਕਿਆ ਬਾਤਾਂ ਜੀ, ਉਸ ਵੇਲੇ ਦੀਆਂ ਕਿਆ ਬਾਤਾਂ। ਉਸ ਵੇਲੇ ਇੱਕ ਦੂਜੇ ਨਾਲ ਮੁਹੱਬਤ ਪਿਆਰ ਬਹੁਤ ਸੀ, ਹਰ ਕੌਮ ਨਾਲ, ਇਹ ਨਹੀਂ ਵੀ ਚਾਹੇ ਸਿੱਖ ਆ ਚਾਹੇ ਇਸਾਈ ਆ, ਮੁਹੱਬਤਾਂ ਬੜੀਆਂ ਹੁੰਦੀਆਂ ਸੀ। ਅਤੇ ਜਿਹੜੇ ਆਹ ਨਾਲ ਚੱਕ ਸੀ ਸਾਡੇ, ਆ ਪੰਮੀਪੁਰੇ, ਠੱਤੀ, ਢੋਲਣ, ਇਹ ਸਾਡੇ ਕਰੀਬ ਸੀ ਸਿੱਖਾਂ ਦੇ। ਠੀਕ
517 इन्हां ने जिवें बरादरी च भाइयां ना बर्ताव हुंदा ना इदां हुण सी साडे लोकां दा। उस वक्त कोई उन्हां दे कोई वड्डा कोई जिम्मेदार याद पैंदा होवे पम्मीपुरे दा या जिवें तुसीं जी ओए तां महाजर हो के हुण आए आ इन्हां दा की पता। नहीं नहीं जिहड़े पहले जिहड़े वसदे सीगे सिक्खां दी उन्हां दी गल करदा कि भई उस जिवें तुसीं कह रहे ना उन्हां दा भाईचारा सीगा ਉੱਥੇ ਮੁਸਲਮਾਨ ਜਿਹੜੇ ਸੀ ਨਾ ਅੱਗੋਂ ਭੱਜ ਨੱਠ ਗਏ ਸੀ ਡਰਦੇ ਹੋਏ ਕਿਉਂ ਇੱਕ ਦੂਜੇ ਨੂੰ ਕਤਲ ਜੋ ਕਰ ਦਿੰਦੇ ਸੀਗੇ ਪਰ ਜਾਣੀਏ ਨਾ ਸਾਡੇ ਇਲਾਕੇ ਨੇ ਇਹਨਾਂ ਜਿਹੜੇ ਪਿੰਡ ਸੀਗੇ ਉਹਨਾਂ ਨੂੰ ਕੁਛ ਕਿਹਾ ਨਾ ਉਹਨਾਂ ਨੇ ਕਿਸੇ ਪਿੰਡ ਨੂੰ ਤਕਲੀਫ ਦਿੱਤੀ ਆ ਜਿਹੜੇ ਪੰਮੀਪੁਰ ਦੇ ਹਾਂ ਜਿੰਨੇ ਸਿੱਖ ਬੈਠੇ ਸੀ ਅਤੇ ਬਲਕਿ ਇਹ ਹੁੰਦਾ ਸੀਗਾ ਵੀ ਇੱਧਰ ਪਤਾ ਲੱਗਣਾ ਵੀ ਇਵੇਂ ਕਿਸੇ ਨੇ ਕਹਿ ਦੇਣਾ ਜੀ ਫਲਾਣੇ ਪਿੰਡ ਸਿੱਖ ਅੱਜ ਹਮਲਾ ਕਰ ਆਏ ਆ ਸਾਡੇ ਪਿੰਡ ਨੇ ਜਮਾਲਦੀਨ ਲੰਬੜਦਾਰ ਨੇ ਲੈ ਕੇ ਬੰਦੇ ਤੁਰ ਪੈਣਾ ਅਤੇ ਉਹਨਾਂ ਨੇ ਅੱਗੋਂ ਆ ਜਾਣਾ ਉਹ ਮੀਆਂ ਅਸੀਂ ਤਾਂ ਆਪ ਡਰਦੇ ਪਏ ਹਾਂ ਤੁਹਾਡੇ ਭਾਈ ਹਾਂ ਫਿਰ ਇਹ ਇਸ ਵਕਤ ਰੌਲ ਦੇਖਿਆ ਨਾ ਵੀ ਹੁਣ ਇਹ ਵੱਧ ਗਈ ਗੱਲ ਪਿੱਛੋਂ ਆਉਣ ਲੱਗ ਗਿਆ ਕਤਲ ਹੋਏ ਅਤੇ ਫਿਰ ਇੱਥੇ ਗਾਫਲਾ ਇਕੱਠਾ ਹੋ ਗਿਆ ਕਾਫੀ ਵੀ ਪੰਮੀਪੁਰੇ ਨੂੰ ਪੈਣਾ ਪਹਿਲਾਂ ਇੱਥੇ ਇੱਕ ਪੀਰਮਲ ਥਾਣੇਦਾਰ ਸੀ ਸਿੱਖ ਸੀ ਉਹ ਆਇਆ ਪੰਮੀਪੁਰੇ ਨੂੰ ਉਹਨੇ ਦੇਖਿਆ ਉਹਨੂੰ ਪਤਾ ਲੱਗਿਆ ਵੀ ਗਾਫਲਾ ਬਹੁਤ ਵੱਡਾ ਇੱਧਰ ਨਹਿਰੋਂ ਪਾਰ ਬੈਠਾ ਇਹਨਾਂ ਨੇ ਹਮਲਾ ਕਰਨਾ ਹੀ ਕਰਨਾ ਉਹਨੇ ਆ ਕੇ ਫਿਰ ਉਹਨਾਂ ਲੋਕਾਂ ਨੂੰ ਕਿਹਾ ਵੀ ਉੱਠ ਖੜੋ ਦਵਾ ਦਾ ਅਸੀਂ ਆਪਣੇ ਅੱਖਾਂ ਨਾਲ ਦੇਖੀਏ ਕਿਸੇ ਦੀ ਤਵੇ 'ਤੇ ਰੋਟੀ ਪਈ ਹੈ ਸੜਦੀ ਪਈ ਕਿਸੇ ਦੀ ਆਟਾ ਕੋਲ ਪਿਆ ਜਾਣੀ ਉਵੇਂ ਜਿਵੇਂ ਉਹ ਨਿਕਲ ਗਏ ਆ ਅਸੀਂ ਆਪਣੇ ਅੱਖਾਂ ਨਾਲ ਦੂਜੇ ਤੀਜੇ ਦਿਨ ਜਾ ਕੇ ਦੇਖਿਆ ਫਿਰ ਉਹ ਵੱਢ ਵਢਾਂਗੇ ਅਤੇ ਇਹ ਜਿਹੜੇ ਆ ਸਹੀ ਸਲਾਮ ਚਲੇ ਗਏ ਆ ਬਲਕਿ ਇੱਕ ਪੰਮੀਪੁਰ ਦੇ ਵਿੱਚ ਅਤੇ ਇੱਥੇ ਸ਼੍ਰੀ ਲੁਹਾਰਤ ਖਾਨ 18 'ਚ ਰਹਿੰਦਾ ਸੀ ਉਹ ਵੀ ਸਿੱਖ ਸੀਗਾ ਮੇਰਾ ਦੋਸਤ ਸੀਗਾ ਉਹਦਾ ਮੁੰਡਾ ਜਿਹੜਾ ਬਹੁਤ ਦੋਸਤ ਸੀ ਉਹ ਉੱਧਰੋਂ ਪਾਸਪੋਰਟ ਬਣਾ ਕੇ ਫਿਰ ਮੈਨੂੰ 2 ਸਾਲ ਤੋਂ ਬਾਅਦ ਮਿਲ ਕੇ ਗਿਆ। ਕੀ ਨਾਂ ਸੀ ਤੁਹਾਡੇ ਦੋਸਤ ਦਾ? ਉਹਦਾ ਨਾਂ ਸੀਗਾ ਉਹਨੂੰ ਮਹਿੰਗਾ ਇਹਦਾ ਨਾਂ ਸੀਗਾ ਇੱਕੋ ਹੀ ਪੁੱਤ ਸੀਗਾ 18 'ਚ ਹੀ ਉਹ ਰਣ ਸਿਓ ਉਹਦਾ ਪਾਪ ਦਾ ਨਾਂ ਸੀ। ਅਤੇ ਇੱਥੇ ਸਾਡੇ ਪਿੰਡ ਦੇ 2 ਮੁੰਡੇ ਘੋੜੀ 'ਤੇ ਜਾਂਦੇ ਆ ਅਤੇ ਅਸੀਂ ਦੋਵੇਂ ਭਾਈ ਅਸੀਂ ਪੱਠੇ ਲੈ ਕੇ ਆਉਂਦੇ ਹਾਂ ਉਹਨੂੰ ਉੱਤਰ ਕੇ ਉਹ ਬਰਛੇ ਲੈ ਕੇ ਉਹਦੇ ਦੁਆਲੇ ਹੋ ਗਏ ਸਾਡਾ ਗੱਡਾ ਥੋੜ੍ਹੀ ਕੁ ਦੂਰ ਆਉਂਦਾ ਸੀ ਅਸੀਂ ਉਹਨਾਂ ਨੂੰ ਹੱਥ ਦਿੱਤਾ ਨਾ ਉਹ ਮਹਿੰਗਾ ਜਿਹੜਾ ਸੀ ਸਾਡੇ ਗਲ ਲੱਗ ਗਿਆ ਮੈਂ ਕਿਹਾ ਵੀ ਇਹਨੂੰ ਕੁਛ ਨਹੀਂ ਕਹਿਣਾ ਕਿ ਨਹੀਂ ਜੀ ਮਾਰਨਾ ਅਸੀਂ ਕਿਹਾ ਵੀ ਨਹੀਂ ਮਾਰਨ ਦੇਣਾ ਸਾਡੀ ਫਿਰ ਆਪਸ ਨੇ ਮੈਂ ਤੂੰ ਹੋਈ ਅਸੀਂ ਨਹੀਂ ਮਾਰਨ ਦਿੱਤਾ ਉਹ ਕਹਿੰਦਾ ਮੈਨੂੰ ਚੂਹੜ ਵਾਲੇ ਪਹੁੰਚਾਇਓ ਅਸੀਂ ਫਿਰ ਉਹ ਚੂਹੜ ਵਾਲੇ ਪਹੁੰਚਾਇਆ ਚੂਹੜ ਵਾਲੇ ਪਹੁੰਚਾਇਆ ਫਿਰ ਉਹਨੇ ਕਿਹਾ ਵੀ ਮੌਲਵੀ ਸੀਗਾ ਸਾਡੀ ਫੁੱਫੀ ਦਾ ਪੁੱਤ ਅਤੇ ਤੁਸੀਂ ਮੌਲਵੀ ਜਫਰ ਨੂੰ ਘੱਲਿਓ ਸਾਨੂੰ ਉੱਥੇ ਚੂਹੜ ਵਾਲੇ ਨਾ ਮੁਸਲਮਾਨ ਕਰੂਗੇ ਉੱਥੇ ਮੁਸਲਮਾਨ ਕੀਤਾ ਉਹ ਮੁਸਲਮਾਨ ਉਹ ਜਾਨ ਬਚਾਉਣ ਦਾ ਫਰਜ਼ ਫਿਰ ਉਹ ਇੱਥੇ ਵੱਸ ਗਏ ਬਚ ਗਏ ਸਹੀ ਸਲਾਮ ਨਹੀਂ ਨਹੀਂ ਮਤਲਬ ਫਿਰ ਵੱਸ ਗਏ ਮੁਸਲਮਾਨ ਹੀ ਟਿਕੇ ਰਹੇ ਜਾਂ ਫਿਰ ਜਦੋਂ ਨਹੀਂ ਉਹ ਵਾਪਸ ਚਲੇ ਗਏ ਇੱਥੇ ਪਿੰਡ ਦੇ ਸਾਡੇ ਜਿੰਨੇ ਖਤਰ ਕਰਾੜ ਸੀ ਉਹ ਸਾਰੇ ਮੁਸਲਮਾਨ ਹੋ ਗਏ ਸੀ ਮੁਸਲਮਾਨ ਹੋ ਕੇ ਫਿਰ ਜਦ ਅਮਨ ਉਮਨ ਹੋਇਆ ਤਾਂ ਗੱਡੀਆਂ ਉਹਨਾਂ ਦੀਆਂ ਆਈਆਂ ਟਰੱਕ ਉੱਧਰ ਦੂਜੇ ਰਿਸ਼ਤੇਦਾਰ ਭੇਜ ਦਿੰਦੇ ਆ ਨਾ ਟਰੱਕ ਫਿਰ ਮਿਲਟਰੀ ਦੇ ਜਿਹੜੀ ਆ ਕੇ ਉੱਥੇ ਪਿੰਡਾਂ 'ਚੋਂ ਲੈਂਦੇ ਰਹੇ ਚੱਕਦੇ ਰਹੇ ਅੱਛਾ ਚੁੱਕ ਕੇ ਲੈ ਕੇ ਜਾਂਦੇ ਅਤੇ ਕੋਈ ਇਸ ਦੌਰ ਦੀ ਕੋਈ ਗੱਲ ਦੱਸੋ ਬਈ ਜਦੋਂ ਕੋਈ ਮਤਲਬ ਅਸੀਂ ਸੁਣਦੇ ਹਾਂ ਕਿ ਬਈ ਇੱਥੇ ਚਟਿਆਣੇ ਜਾਂ ਡੱਬਾਂ ਵਾਲੇ ਟ੍ਰੇਨਾਂ ਸ਼ਰੇਨਾਂ ਮੁਸਲਮਾਨਾਂ ਨੇ ਵੱਡੀਆਂ ਕੋਈ ਵੱਡੀ ਆ ਹਾਂਜੀ ਵੱਡੀ ਆ ਇਹ ਇੱਥੋਂ ਚਟਿਆਣੇ ਤੋਂ ਅੱਗੇ ਜਾ ਕੇ ਸ਼ੁਰੂ ਕੀਤੀ ਆ ਉਹਨਾਂ ਨੇ ਵੱਡੀ ਆ ਟ੍ਰੇਨ ਉਹ ਰਾਵੀ 'ਤੇ ਜਾ ਕੇ ਖਤਮ ਕੀਤੀ ਆ ਉਹ ਅੱਛਾ ਇੱਕੋ ਹੀ ਟ੍ਰੇਨ ਨੂੰ ਮੁਖਲਿਫ ਜਗ੍ਹਾ 'ਤੇ ਵੱਢਦੇ ਗਏ ਜਾਂ ਕੋਈ ਹੋਰ ਬਸ ਬੰਦੇ ਵਿੱਚ ਬੜੇ ਹੁੰਦੇ ਸੀਗੇ ਇੱਧਰੋਂ ਉਹਨੂੰ ਲਿਆਂਦਾ ਦੋਨੇ ਫੜ ਕੇ 2 ਜਣੇ ਖੜ੍ਹੇ ਹੁੰਦੇ ਸੀ ਉਹਨਾਂ ਨੇ ਮਾਰਨਾ ਕੁਛ ਥੱਲੇ ਧੱਕਾ ਦੇ ਦੇਣਾ ਉਹ ਜੇ ਨਾ ਵੀ ਕੁਛ ਲੱਗਿਆ ਹੋਵੇ ਤਾਂ ਵੀ ਡਿੱਗ ਕੇ ਮਰ ਜਾਂਦਾ ਤੁਰੀ ਜਾਂਦੀ ਗੱਡੀ 'ਚ ਇਸ ਤਰ੍ਹਾਂ ਕਤਲ ਕੀਤੇ ਸੀ ਉਹ
ਉਹ ਵੀ ਉਧਰੋਂ ਜਿਹੜੀ ਗੱਡੀ ਦੇ ਵਿੱਚ ਖੂਨ ਤੇ ਲਾਸ਼ਾਂ ਆਈਆਂ ਸੀ ਨਾ, ਪਤਾ ਲੱਗ ਗਿਆ ਵੀ ਅੰਮ੍ਰਿਤਸਰੋਂ ਏਦਾਂ ਵੱਡੇ ਆ ਏਦਾਂ, ਉਸ ਮੁਕਾਬਲੇ ਚੋਂ ਵੱਡੇ ਗਏ ਸੀ। ਤੇ ਇੱਥੋਂ ਆਪਣੇ ਤੁਹਾਡੇ ਜਰਾਹਾ ਪਿੰਡ ਦੇ ਵਿੱਚੋਂ ਵੀ ਕੋਈ ਏਦਾਂ ਲੁੱਟਣ ਲਈ ਕੋਈ ਗਿਆ ਸੀ ਉਸ ਵਕਤ? ਸਾਡੇ ਪਿੰਡ ਦਾ ਕੋਈ ਨਹੀਂ ਗਿਆ ਸੀ, ਸਾਡੇ ਪਿੰਡ ਦੇ ਅਮਨ ਕਮੇਟੀ ਵਾਲੇ ਸੀਗੇ ਸਾਰੇ, ਇਹਨਾਂ ਨੂੰ ਕੋਈ ਲੋਟੀ ਦਾ ਨਹੀਂ ਸੀਗਾ। ਬਲਕਿ ਸਾਡਾ ਪਿੰਡ ਜਦ ਮਹਾਜਰ ਉੱਧਰ ਹੋ ਕੇ ਆ ਗਿਆ ਨਾ, ਪਿੱਛੋਂ ਜੁੜਾ ਹੈ ਦੇ ਵੀ ਹੋਰ ਵੀ ਆ ਗਏ, ਫਿਰ ਉਹ ਜਿਹੜਾ ਖੱਤਰੀਆਂ ਦਾ ਸਮਾਨ ਸੀ ਲਿਲਾਮ ਕਰਕੇ ਜਿਹੜਾ ਰਹਿੰਦਾ ਰਹਿੰਦਾ ਸੀ ਘਰ ਕੋਲ ਉਹਨਾਂ ਦੇ, ਉਹਨਾਂ ਨੂੰ ਤਕਰੀਬਨ ਸਾਲ ਭਰ ਰਾਸ਼ਨ ਦਿੰਦੇ ਰਹੇ ਹਾਂ ਅਸੀਂ, ਸਾਡੇ ਪਿੰਡ ਦੇ ਲੋਕ, ਸਾਡੇ ਪਿੰਡ ਨੇ ਨਹੀਂ ਲੋਟੀ ਕੀਤੀ ਕਿਤੇ। ਅੱਛਾ, ਜਿਹੜੇ ਤੁਹਾਡੇ ਕੋਲ ਉੱਥੋਂ ਉੱਜੜ ਕੇ ਫਿਰ ਆਏ ਸੀਗੇ ਮੁਹਾਜਰ, ਜਿਹਨਾਂ ਨੂੰ ਖੱਤਰੀਆਂ ਦੇ ਘਰ ਵਗੈਰਾ ਮਿਲ ਗਏ ਆ, ਇਹ ਉਹ ਵੀ ਜੜਾਹਾਂ ਦੇ ਸੀਗੇ ਜਾਂ ਕੋਈ ਹੋਰ ਸੀ? ਹੋਰ ਵੀ ਸੀਗੇ, ਜੜਾਹਾਂ ਦੇ ਵੀ ਸੀਗੇ, ਜੜਾਹਾਂ ਦੇ ਤਾਂ ਖਾਸ ਕਰਕੇ ਸੀਗੇ ਨਾ, ਉਸ ਜੜਾਹਾਂ ਦੇ ਪਿੱਛੇ ਉੱਜਰਾਂ ਵਾਲੇ ਜੀ ਰਹਿ ਗਏ ਸੀ, ਕੁਛ ਇੱਥੇ ਜ਼ਿਆਦਾ ਆ ਗਏ ਸੀ। ਫਿਰ ਉਹ ਜਿਵੇਂ ਜਿਵੇਂ ਜ਼ਮੀਨਾਂ ਪਵਾ ਲਈਆਂ ਨਾ ਉਹਨਾਂ ਨੇ ਪੈ ਗਈਆਂ ਆਪਦੇ ਕਲੇਮਾਂ ਤੋਂ, ਕਲੇਮਾਂ ਤੋਂ ਬਾਅਦ ਜ਼ਮੀਨਾਂ ਪਈਆਂ ਤੋਂ ਬਾਅਦ ਗਏ ਆ ਇਸ ਪਿੰਡ 'ਚ। ਉਹ ਫਿਰ ਜਿੱਥੇ ਜ਼ਮੀਨਾਂ ਪੈ ਗਈਆਂ ਫਿਰ ਉੱਧਰ ਚਲੇ ਗਏ? ਹਾਂ, ਉੱਧਰ ਚਲੇ। ਫਿਰ ਤੁਹਾਡੇ ਬਜ਼ੁਰਗਾਂ ਨੇ ਇਸ ਪਿੰਡ ਦੇ ਨੂੰ ਆਬਾਦ ਕਰਨ ਲਈ ਉਹ ਜੜਾਹਾਂ 'ਚੋਂ ਆਏ ਸੀਗੇ? ਜੜਾਹਾਂ 'ਚੋਂ ਸਾਡਾ ਦਾਦਾ ਆਇਆ ਸੀਗਾ, ਸਾਡਾ ਬਾਪ 8-10 ਸਾਲ ਦਾ ਸੀਗਾ। ਕੀ ਨਾਂ ਸੀ ਆਪਣੇ ਦਾਦੇ ਦਾ? ਦਾਦੇ ਦਾ ਸਾਡੇ ਦਾ ਨਾਂ ਸੀ ਵਜ਼ੀਰਾ। ਵਜ਼ੀਰਾ, ਉਹ ਇਕੱਲੇ ਆਇਆ ਸੀਗਾ? ਨਹੀਂ, ਉਹਦੇ ਹੋਰ ਭਾਈ 3 ਸੀਗੇ, ਉਹ ਇੱਕ ਜਮਾਲਦੀਨ ਦਾ ਦਾਦਾ, ਇੱਕ ਐਸ ਘਰ ਵਾਲਿਆਂ ਦਾ ਦਾਦਾ, ਇੱਕ ਸਾਡਾ ਦਾਦਾ, ਇਹ 3 ਭਾਈ ਸੀਗੇ। ਠੀਕ, ਇੱਥੇ ਆ ਕੇ ਉਹਨਾਂ ਨੇ ਪਿੰਡ ਆਬਾਦ ਕਰਿਆ? ਹਾਂ। ਠੀਕ ਠੀਕ। ਅੱਛਾ, ਫਿਰ ਇਹ ਦੱਸੋ ਵੀ ਜਦੋਂ ਫਿਰ ਤੁਸੀਂ ਹੋਸ਼ ਸੰਭਾਲੀ, ਫਿਰ ਤੁਹਾਨੂੰ ਛੋਟਿਆਂ ਨੇ ਸਕੂਲੇ ਨਹੀਂ ਪਾਇਆ ਸੀਗਾ? ਸਕੂਲੇ ਉਹਦੇ ਸਕੂਲ ਵੀ ਘੱਟ ਹੁੰਦੇ ਸੀਗੇ ਅਤੇ ਜਾਂਦੇ ਹੀ ਨਹੀਂ ਸੀ, ਡਰਦੇ ਲੋਕ ਹੀ ਜਾਂਦੇ ਸੀ। ਕੀ ਹਲੇ ਸਕੂਲੇ ਗਏ ਅਤੇ ਡਰ ਕੇ ਪਹਿਲੇ ਲੁੱਕ ਜਾਣਾ? ਹਾਂ, ਲੁੱਕ ਜਾਣਾ। ਕੀ ਕੋਈ ਸੁਣਦੇ ਹੋਣੇ ਵੀ ਮਾਸਟਰ ਕੁੱਟਦੇ ਬਹੁਤ ਆ ਜਾਂ ਕੋਈ? ਨਹੀਂ, ਕੁੱਟਦੇ ਵੀ ਨਹੀਂ ਸੀ ਮਾਸਟਰ, ਉਹ ਸਾਡੇ ਸੰਭਾਲੇ 'ਚ ਪਿੰਡਾਂ 'ਚੋਂ ਕਹਿਣਾ ਜੀ ਅੱਜ ਛੁੱਟੀ ਕਰਨੀ ਆ, ਅੱਜ ਮੁੰਡੇ ਮੰਗਣ ਜਾਣੇ ਆ। ਅੱਛਾ, ਪਿੰਡਾਂ ਜਾਣਾ ਵੀ ਦਾਖਲ ਕਰਾਓ ਬੱਚਿਆਂ ਨੂੰ, ਪੜ੍ਹਨ ਪਾਓ। ਸੋ ਇੱਧਰ ਨੂੰ ਰਜੂ ਕੋਈ ਘੱਟ ਹੀ ਸੀਗੀ, ਵਿਹਲੇ ਵਿਹਲੇ ਪਿੰਡਾਂ ਸਕੂਲ ਸੀਗੇ, ਸਾਡੇ ਪਿੰਡ ਸੀਗਾ ਪ੍ਰਾਇਮਰੀ। ਅੱਛਾ, ਤੁਹਾਡੇ ਪਿੰਡ ਪ੍ਰਾਇਮਰੀ ਸਕੂਲ ਸੀਗਾ? ਸੀਗਾ ਉਸ ਵੇਲੇ। ਉਸਦੇ ਦੇਖੋ ਮਾਸਟਰ ਸਿਸਟਰ ਦੇ ਨਾਂ ਯਾਦ ਆ? ਮਾਸਟਰ ਦਾ ਨਾਂ ਇੱਕ ਤਾਂ ਸਾਡੇ ਪਿੰਡ ਦਾ ਹੀ ਸੀ ਅਲੀ ਮਹਿਮਦ, ਇੱਕ ਨਾਂ ਉਹਨਾਂ ਦੇ ਯਾਦ ਨਹੀਂ ਹੈ, ਇੱਕ ਸ਼ਾਹ ਮਹਿਮਦ ਕਿਤੇ ਆਉਂਦਾ ਹੁੰਦਾ ਸੀ ਮਾਸਟਰ, ਇੱਕ ਜਿਹੜਾ ਹੈਡ ਮਾਸਟਰ ਸੀਗਾ ਉਹ 96 ਆਉਂਦਾ ਸੀਗਾ, ਕੌਮ ਦਾ ਮਰਾਸੀ ਸੀਗਾ ਉਹ, ਅਤੇ ਉਹਦੇ ਨਾਂ ਦਾ ਸਾਨੂੰ ਪਤਾ ਨਹੀਂ, ਮੌਲਵੀ ਕਹਿ ਕੇ ਹੀ ਬੋਲਦੇ ਸੀ। ਅਤੇ ਤੁਹਾਡੇ ਨਾਲ ਕੋਈ ਹੋਰ ਮਤਲਬ ਕੌਮ ਦੇ ਜਿਵੇਂ ਸਿੱਖ ਜਾਂ ਹਿੰਦੂਆਂ ਦੇ ਮੁੰਡੇ ਪੜ੍ਹਦੇ ਸੀਗੇ? ਨਹੀਂ, ਇੱਥੇ ਅਸੀਂ ਤਾਂ ਪੜ੍ਹਨ ਹੀ ਨਹੀਂ ਗਏ। ਅੱਛਾ, ਤੁਸੀਂ ਗਏ ਹੀ ਨਹੀਂ ਇੱਥੇ? ਇੱਥੇ ਸਿੱਖਾਂ ਦੇ ਮੁੰਡੇ ਕੋਈ ਨਹੀਂ ਸੀ ਆਉਂਦੇ, ਮੁਸਲਮਾਨਾਂ ਦੇ ਸੀ, ਹਿੰਦੂਆਂ ਦੇ ਸੀ ਜਿਹੜੇ ਪਿੰਡਾਂ 'ਚ ਹਿੰਦੂ ਵੱਸਦੇ ਸੀ। ਠੀਕ ਠੀਕ। ਅੱਛਾ, ਫਿਰ ਜਿਵੇਂ ਮੁੰਡੇ ਛੋਟੇ ਹੁੰਦੇ ਖੇਡਾਂ ਖੇਡਦੇ ਆ, ਤੁਸੀਂ ਕਿਹੜੀਆਂ ਖੇਡਾਂ ਖੇਡਦੇ ਹੁੰਦੇ ਸੀ? ਅਸੀਂ ਕਬੱਡੀ ਵੀ ਖੇਡ ਲੈਂਦੇ ਸੀ, ਜੇ ਇੱਕ ਗੇਂਦ ਨਾਲ ਹਾਕੀਆਂ ਲੈ ਲੈਣੀਆਂ ਪਿੰਡ ਦੀਆਂ ਗਲੀਆਂ ਦੇ ਵਿੱਚ, ਜੇ ਉੱਧਰ ਉਹ ਪਾੜਾ ਪਿੰਡ ਦੇ ਸਿਰੇ ਦਾ ਬਣਾ ਲਿਆ, ਇੱਕ ਉਹ ਬਣਾ ਲਿਆ, ਉਹਨਾਂ ਹਾਕੀਆਂ ਨਾਲ ਵੀ ਖੇਡ ਲੈਂਦੇ ਸੀ ਅਤੇ ਕਬੱਡੀ ਵੀ ਖੇਡ ਲੈਂਦੇ ਸੀ, ਗੁੱਲੀ ਡੰਡਾ ਵੀ ਖੇਡ ਲੈਂਦੇ ਸੀ। ਅੱਛਾ, ਇਹ ਤਾਂ ਹੋ ਗਈ ਖੇਡਾਂ। ਹਾਂ, ਅਤੇ ਜਿਵੇਂ ਮੁੰਡੇ ਸ਼ਰਾਰਤਾਂ ਕਰਦੇ ਰਲ ਮਿਲ ਕੇ, ਫਿਰ ਸ਼ਰਾਰਤਾਂ ਕਿਹੜੀਆਂ ਕਰਦੇ ਹੁੰਦੇ ਸੀਗੇ? ਸ਼ਰਾਰਤਾਂ ਕੋਈ ਨਹੀਂ ਸੀ ਕਰਦੇ, ਸਾਡੇ ਜਿਹੜਾ ਰੈਫਰੀ ਹੁੰਦਾ ਸੀ ਇੱਕ ਬੁੜਾ ਹੁੰਦਾ ਸੀ, ਬਾਹਰ ਬਾਹਰ ਘਰ ਹੁੰਦਾ ਸੀ ਉਹਦਾ, ਡੰਗਰ ਉਹਦੇ ਬਾਹਰ ਹੁੰਦੇ ਸੀ, ਜਿਹੜਾ ਕੋਈ ਸ਼ਰਾਰਤੀ ਹੁੰਦਾ ਸੀ ਜਾਂ ਗਲਤ ਕੰਮ ਕਰਦਾ ਹੁੰਦਾ ਸੀ ਉਹਨੂੰ ਕਹਿੰਦਾ ਭੱਜ ਜਾ ਘਰ ਨੂੰ। ਉਸ ਵੇਲੇ ਹਰੇ ਇਹ ਨਹੀਂ ਵੀ ਆਪਦੇ ਮਾਂ ਬਾਪ ਕੋਲੋਂ ਦੂਸਰੇ ਸਿਆਣੇ ਬੰਦਿਆਂ 'ਤੇ ਡਰਦੇ ਹੁੰਦੇ ਸੀ ਲੋਕ, ਇਹ ਸਿਆਣਾ ਬਾਬਾ ਸਿਆਣਾ ਮਾਂ ਬੰਦਾ ਜਿਹੜਾ ਸਾਨੂੰ ਕਹਿ ਰਿਹਾ ਨਾ ਕਿ ਇਹ ਸਾਡੇ ਭਲਾਈ ਵਾਸਤੇ ਕਹਿ ਰਿਹਾ। ਕਬੱਡੀ ਖੇਡਦੇ ਸੀਗੇ, ਨਹੀਂ ਜਿਵੇਂ ਸ਼ਰਾਰਤਾਂ ਕਰਦੇ ਆ ਕਿਸੇ ਦੇ ਬਾਗ 'ਚੋਂ ਅੰਬ ਤੋੜ ਕੇ ਲੈ? ਨਹੀਂ, ਮੈਨੂੰ ਇਹ ਪਤਾ ਵੀ ਜਿੱਦਣ ਦੀ ਮੈਂ ਸੁਰਤ ਸੰਭਲੀ ਆ, ਮੈਂ ਕਿਸੇ ਦੀ ਛੱਲੀ ਵੀ ਨਹੀਂ, ਗੰਨਾ ਵੀ ਨਹੀਂ ਤੋੜਿਆ।
ਇਹ ਸਾਡੇ ਬਾਪ ਦਾ ਹਦਾਇਤ ਸੀ ਸਾਨੂੰ। ਅੱਛਾ ਇਹ ਦੱਸੋ ਵੀ ਤੁਹਾਡੇ ਤਬੀਅਤ ਦੇ ਜਿਹੜੇ ਅੱਬਾ ਸਖ਼ਤ ਸੀਗੇ ਜਾਂ ਨਰਮ ਸੀਗਾ? ਸਖ਼ਤ ਇੰਨੇ ਸੀਗੇ ਨਾ, ਜਾਣੀ ਸਾਰੀ ਲੈਣ ਦੇ ਜਿੰਨੇ ਮੰਡੀਰ ਸਾਡੇ ਆਉਣਦੇ ਸੀ ਨਾ, ਬਹਿਣਾ ਵੀ ਉਹਦੇ ਕੋਲ ਆ ਕੇ ਸਾਰਿਆਂ ਨੇ, ਸਿਆਣਿਆਂ ਨੇ ਵੀ, ਲੰਬੜਦਾਰ ਜਮਾਲਦੀ ਨੇ ਵੀ, ਉਹਦੇ ਕੋਲ ਹੀ ਆ ਕੇ ਇੱਥੇ ਬੈਠ ਮੂਹਰੇ ਬੈਠਣਾ, ਲਾਜ਼ਮੀ ਚੌਂਕੀ ਦੇਣੀ, ਅਤੇ ਡਰਦੇ ਵੀ ਸਾਰੇ ਹੀ ਸੀ। ਅਤੇ ਅੰਮੀ ਤੁਹਾਡੀ? ਅੰਮੀ ਸਾਡੀ ਵੀ ਜਿਹੜੀ ਹੈ ਨਾ, ਮਾਵਾਂ ਦੇ ਤਾਂ ਤੈਨੂੰ ਪਤਾ ਹੀ ਹੈ, ਮਾਵਾਂ ਤਾਂ ਮਾਵਾਂ ਹੀ ਹੁੰਦੀਆਂ। ਇਹ ਹੁਣ ਜੇ ਇੱਦਾਂ ਵੀ ਜੋ ਬਾਪ ਸਾਡਾ ਸਾਨੂੰ ਮਾਰਦਾ ਵੀ ਸੀ ਨਾ, ਸਾਡੀ ਮਾਂ ਨੇ ਕਹਿਣਾ ਨਹੀਂ ਕਿਉਂ ਮਾਰਦਾ, ਉਹਨੇ ਕਹਿਣਾ ਕੋਈ ਗਲਤੀ ਕੀਤੀ ਨਹੀਂ। ਜਿਵੇਂ ਇੱਕ ਹੁੰਦਾ ਨਾ ਕਿ ਬਈ ਪਿਓ ਅਗਰ ਤਬੀਅਤ ਦਾ ਸਖ਼ਤ ਆ ਤਾਂ ਮਾਂ ਜ਼ਰਾ ਨਰਮ ਹੁੰਦੀ ਆ, ਉਹਦੇ ਫਿਰ ਉਹ ਪਿਆਰ ਕਰਕੇ ਉਹਨੂੰ ਚਮਕਾ ਕੇ ਪੁੱਤ ਨੂੰ ਜ਼ਰਾ ਸਾਂਭ ਲੈਂਦੀ ਹੈ ਜੇ ਅਗਰ ਕੁੱਟਿਆ ਹੋਇਆ ਚੰਗੀ ਤਾਂ? ਨਹੀਂ ਉਹ ਜੇ ਚੰਗੇ ਕੁੱਟੇ ਤੈਨੂੰ ਦੱਸਿਆ ਤਾਂ ਹੈ ਵੀ ਉਹਨੇ ਸਾਡੀ ਮਾਂ ਨੇ ਕਹਿਣਾ ਕੋਈ ਗਲਤੀ ਹੋ ਦੇ ਜ਼ਰੂਰ ਤਾਂ ਮਾਰ ਖਾਧੀ ਆ ਉਹਨੇ, ਉਹ ਗਲਤੀ ਨੂੰ ਉਹ ਵੀ ਨਹੀਂ ਪਸੰਦ ਕਰਦੇ। ਸਾਡਾ ਬਾਪ ਮੁਸਲਮਾਨ ਬੰਦਾ ਸੀ। ਅੱਛਾ ਇਹ ਦੱਸੋ ਵੀ ਤੁਹਾਡਾ ਹਰ ਸ਼ਰੀਅਤ ਦੇ ਮਸਲੇ ਜਾਣਦਾ ਸੀ। ਅੱਛਾ ਤੁਹਾਡਾ ਭੈਣ ਭਰਾਵਾਂ 'ਚੋਂ ਕਿੰਨਵਾਂ ਨੰਬਰ ਸੀਗਾ? ਮੇਰਾ ਤੀਸਰਾ ਨੰਬਰ ਆ। ਤੀਸਰਾ ਨੰਬਰ? ਦੋ ਤੁਹਾਡੇ ਬੜੇ? ਦੋ ਮੇਰੇ ਤੋਂ ਵੱਡੇ ਸੀ, ਉਹਨਾਂ ਤੋਂ ਛੋਟਾ ਮੈਂ। ਜਿਹੜੇ ਬੜੇ ਸੀਗੇ ਉਹਨਾਂ ਦਾ ਕੀ ਨਾਂ ਸੀਗਾ? ਇੱਕ ਦਾ ਨਾਮ ਬੜੇ ਦਾ ਸਾਰਿਆਂ ਤੋਂ ਹਨੀਫ ਸੀ, ਉਦੋਂ ਛੋਟੇ ਦਾ ਨਾਮ ਮਜੀਦ ਸੀ। ਠੀਕ। ਅਤੇ ਭੈਣਾਂ? ਭੈਣਾਂ ਤਿੰਨ ਸੀ। ਅੱਛਾ ਉਹਨਾਂ ਦੇ ਨਾਂ? ਇੱਕ ਦਾ ਨਾਮ ਸ਼ਰੀਫਾਂ ਸੀ, ਇੱਕ ਦਾ ਨਾਮ ਮਨਜੂਰਾਂ ਸੀ, ਇੱਕ ਦਾ ਨਾਮ ਰਸ਼ੀਦਾ ਸੀ। ਅੱਛਾ। ਅਤੇ ਇਹਨਾਂ ਨੂੰ ਮਤਲਬ ਭੈਣਾਂ ਭਰਾਵਾਂ ਤੁਹਾਡੇ ਵੱਡੇ ਭਰਾ ਵੀ ਸਕੂਲ ਨਹੀਂ ਗਏ? ਨਹੀਂ, ਵੱਡਾ ਭਰਾ ਸਾਡਾ ਬਹੁਤ ਕਾਬਲ ਪੜ੍ਹਿਆ ਸੀਗਾ। ਅੱਛਾ। ਜਿਹੜਾ ਹਨੀਫ ਸੀ ਨਾ, ਬਹੁਤ ਕਾਬਲ ਪੜ੍ਹਿਆ ਸੀ, ਉਹਦੇ ਤੋਂ ਮੁਕਾਬਲੇ 'ਚ ਜਿਹੜੇ ਇੱਥੇ ਨਾ ਦਸ ਦਸ ਬਾਰਾਂ ਬਾਰਾਂ ਪੜ੍ਹੇ ਸੀ, ਉਹਨੇ ਅੱਠ ਪੜ੍ਹੀਆਂ ਸੀ, ਹਟਾ ਲਿਆ ਸੀ, ਕੰਮ ਦਾ ਔਖਾ ਸੀਗਾ ਸਾਡੇ ਬਾਪ ਨੂੰ, ਅਤੇ ਉਹਦੇ ਮੁਕਾਬਲੇ 'ਚ ਕੋਈ ਵੀ ਨਹੀਂ ਸੁਣਦਾ। ਉਹਨੇ ਜਦ ਟਾਈਮ ਵਿਹਲਾ ਵਾ, ਉਹਨੇ ਹੋਰ ਕੁਛ ਨਹੀਂ, ਕਿਤਾਬ ਵੀ ਕੋਈ ਦੇਖਣੀ ਹੈ, ਕਿਤਾਬਾਂ ਵੀ ਪੜ੍ਹਨੀਆਂ, ਉਹਦਾ ਇਹ ਕੰਮ ਸੀਗਾ। ਅਤੇ ਭੈਣਾਂ ਨੂੰ ਵੀ ਸਕੂਲ ਭੇਜਿਆ ਸੀ ਤੁਹਾਡੇ ਬੇਜੇ ਨੇ? ਤੁਹਾਡੇ ਭੈਣਾਂ ਨੂੰ? ਭੈਣਾਂ ਸਾਡੀਆਂ ਨੂੰ ਸਕੂਲੇ ਪੜ੍ਹੀਆਂ ਸੀਗੀਆਂ, ਕੋਈ ਚਾਰ ਪੰਜ ਚੂੜ ਵਾਲੇ ਜਾਂਦੀਆਂ ਹੁੰਦੀਆਂ, 332 44 39 'ਚ। ਅੱਛਾ ਅੱਛਾ। ਹੋਰ ਕੋਈ ਉਸ ਵਕਤ ਦੀ ਕੋਈ ਯਾਦਗਾਰ ਕੋਈ ਗੱਲ ਸੁਣਾਓ? ਉਸ ਵਕਤ ਦੀਆਂ ਹੁਣ ਕੀ ਗੱਲਾਂ ਤੈਨੂੰ ਦੱਸੀਏ, ਵੀ ਯਾਦ ਤਾਂ ਬਹੁਤ ਆ। ਸੁਣਾਓ ਸੁਣਾਓ ਜੋ ਯਾਦ ਆ ਸੁਣਾਓ। ਜਿਹੜਾ ਉਸ ਵਕਤ ਲੰਘ ਗਿਆ ਨਾ, ਉਹਦੀ ਰੀਸ ਕੋਈ ਨਹੀਂ। ਜਿਹੜੇ ਪਹਿਲਾਂ ਤਾਂ ਜਿਹੜੇ ਉਹ ਸਿੱਖ ਜਿਹੜੇ ਹਿੰਦੂ ਸੀ, ਇੰਨਾ ਪਿਆਰ ਹੁੰਦਾ ਸੀ ਨਾ ਜਿਹਦਾ ਅੰਤ ਕੋਈ ਨਹੀਂ, ਅਤੇ ਜਿਸ ਵਕਤ ਵਿਗੜ ਗਏ ਆਪਸ ਨੇ ਮੁਸਲਮਾਨ, ਜਦੋਂ ਫਿਰ ਗੱਡੀ ਵੀ ਕਤਲ ਲੋਕਾਂ ਨੇ ਕੀਤੀ ਹੈ, ਕਰ ਕੀਤੀ ਹੈ, ਪਾਲੇ ਪਾਲੇ ਪਾਸੇ ਗਿਆ ਨੇ, ਇਹਦੇ ਪਾਸੇ ਦਾ ਕੋਈ ਨਹੀਂ ਸੀ। ਅਤੇ ਸਾਡਾ ਪਿੰਡ ਅਮਨ ਕਮੇਟੀ ਵਾਲਾ ਸੀਗਾ, ਕਮੇਟੀ ਬਣੀ ਸੀ, ਅਤੇ ਬਾਅਦ 'ਚ ਵੀ ਸਾਡੇ ਜਿਹੜਾ ਜਮਾਲਦੀਨ ਦਾ ਲੜਕਾ ਸੀ, ਰੌਲੇ ਪੈਣ ਦੇ ਵਿੱਚ ਵੀ ਇੰਡੀਆ 'ਚ ਗਿਆ ਸੀ, ਅਮਨ ਕਮੇਟੀ ਉੱਧਰ ਵੀ ਸੀ, ਇੱਧਰ ਵੀ ਸੀ ਅਮਨ ਕਮੇਟੀ, ਉਹਨਾਂ ਦੇ ਨਾਲ ਗਿਆ। ਅੱਛਾ ਇੱਥੇ ਮੈਂ ਸੁਣਿਆ ਕੋਈ 346 ਚੱਕ ਕਰਮੋ ਵਾਲੀ ਇੱਕ ਵੱਜਦੀ ਹੈ, ਹਾਂ ਉਹਦੇ ਬਾਰੇ ਕੋਈ ਦੱਸੋ ਕੋਈ ਗੱਲਬਾਤ? ਉਹ ਇੰਨਾ ਕੁ ਸੁਣਿਆ ਸੀਗਾ ਵੀ ਉਹ ਲੰਬੜਦਾਰ ਦੇ ਲੜਕੇ ਅਜੇ ਸਮਾਨ ਲੱਦਦੇ ਹੀ ਸੀਗੇ ਜਦ ਉਹ ਲੁੱਟਣ ਜਾ ਰਹੇ, ਉਹਨਾਂ ਨੇ ਉੱਥੇ ਹੀ ਉਹ ਵੱਢ ਤੇ। ਅੱਛਾ। ਇੰਨਾ ਕੁ ਸੁਣਿਆ ਸੀ ਅਸੀਂ, ਸੁਣਿਆ ਉਹਦੇ ਸ਼ੇਰੂ ਨੰਬਰਦਾਰ ਦੇ 12-13 ਮੁੰਡੇ ਸੀਗੇ? ਆਹੋ ਕਹਿੰਦੇ ਕਿ 10 ਮੁੰਡੇ ਸੀਗੇ। ਨਹੀਂ ਉਹਨਾਂ ਦੀ ਮਾਈ ਕਰਮੂਆਂ ਦੀ ਜਿਹੜੀ ਸੁਣਿਆ ਬੜੀ ਤਕੜੀ ਜਨਾਨੀ ਸੀਗੀ, ਉਹ ਜਿਹੜੀ ਉਹਨਾਂ ਉਹ ਮਾਈ ਜਿਹੜੀ ਸੀ ਨਾ, ਉਹ ਕਰਮੋ, ਹਾਂਜੀ ਕਰਮੋ ਜੱਟੀ, ਉਹ ਲੰਬੜਦਾਰੀ ਅਸਲ ਕਰਦੀ ਉਹ ਸੀ, ਪੁਲਿਸ ਵਾਲੇ ਤਾਂ ਡਰਦੇ ਹੁੰਦੇ ਸੀ ਉਹਦੇ ਕੋਲ। ਅੱਛਾ। ਅਸੀਂ ਇਹ ਸੁਣਦੇ ਹਾਂ ਕਿ ਵੀ ਨਾ ਮੁਸਲਮਾਨ ਇੱਥੋਂ 325-26-27 ਇਹਨਾਂ ਦੇ ਰਲ ਕੇ, ਅਤੇ ਫਿਰ 298-97 ਅਤੇ ਜਿਹੜੇ ਸਿੱਖਾਂ ਦੇ ਚੱਕ ਸੀਗੇ ਲੁੱਟਣ ਲਈ ਉਹਨਾਂ ਨੂੰ ਗਏ ਸੀਗੇ। ਆਹੋ ਲੁੱਟਣ ਲਈ ਗਏ ਤਾਂ ਮਰੇ ਉਹ,
ਹੋਰਨਾਂ ਦਾ ਨਹੀਂ ਸਾਨੂੰ ਪਤਾ। ਸਾਨੂੰ ਤਾਂ ਇੰਨਾ ਪਤਾ ਲੱਗਿਆ ਸੀ ਵੀ ਜਿਹੜੇ ਉਹ ਕਤਲ ਹੋ ਗਏ ਨਾ ਉੱਥੇ, ਵੀ ਲੁੱਟਣ ਗਏ ਸੀ ਸਰ, ਲੁੱਟਣ ਗਿਆ ਅਤੇ ਉਹ ਉੱਥੇ ਵੱਢੇ ਗਏ ਅਤੇ ਮਗਰੋਂ ਕੂਕਾਂ ਮਾਰਦੇ ਫਿਰਨ। ਉਹਨਾਂ ਨੇ ਵੀ ਸਿੰਘਾਂ ਨੇ ਕੀਤਾ ਨਾ, ਉਹਨਾਂ ਦੀਆਂ ਲਾਸ਼ਾਂ ਗੱਡੇ 'ਤੇ ਰੱਖ ਕੇ ਤਾਂ ਗੱਡੇ ਜੋੜ ਕੇ ਉਹਨਾਂ ਦੇ ਪਿੰਡ ਵੱਲ ਨੂੰ ਸਿੱਧੇ ਕਰਦੇ, ਬਹੁਤ ਕਰ ਲਏ। ਅੱਛਾ, ਤੁਹਾਡੇ ਦੌਰ ਦੇ ਵਿੱਚ ਫਿਰ ਜਿਵੇਂ ਸਿਆਸੀ ਲੀਡਰ ਉਸ ਵਕਤ ਆਉਂਦੇ ਆ ਤਕਰੀਰਾਂ ਸ਼ਕੀਰਾਂ ਕਰਨ ਲਈ, ਤੁਹਾਡੇ ਪਿੰਡ ਵੀ ਆਏ ਸੀਗੇ ਕੋਈ? ਸੀਗਾ ਪਾਕਿਸਤਾਨ ਦੇ ਮਨਕ, ਕੀ ਨਾਂ ਸੀ ਉਹਦਾ ਜਿਹੜਾ? ਮੁਹੰਮਦ ਸ਼ਰੀਫ। ਅੱਛਾ, ਉਹ ਕੀ MNA ਸੀਗਾ? ਨਹੀਂ, ਕੁਛ ਵੀ ਨਹੀਂ ਸੀ। ਅੱਛਾ, ਕਿਹੜੀ ਪਾਰਟੀ ਵੱਲੋਂ ਸੀਗਾ ਉਹ? ਉਹ ਕਿਸਾਨ ਕਮੇਟੀ ਵੱਲੋਂ। ਕਿਸਾਨ, ਉਹ ਕੀ ਕਰਦੇ ਸੀ ਤਕਰੀਰ, ਕੀ ਪਾਕਿਸਤਾਨ ਦੇ ਬਾਰੇ ਕੀ ਕਹਿੰਦੇ ਹੁੰਦੇ ਸੀ? ਉਹ ਪਾਕਿਸਤਾਨ ਦੇ ਬਾਰੇ ਤਾਂ ਇਹੀ ਕਹਿੰਦੇ ਆ ਵੀ ਪਾਕਿਸਤਾਨ ਨੂੰ ਬਚਾਓ। ਬਾਅਦ 'ਚ ਵੀ ਕਹਿੰਦੇ ਰਹੇ ਕਿ ਜਲਸੇ ਉਹ ਜਲੂਸ ਕੱਢਦੇ ਰਹੇ ਆ, ਕਰਦੇ ਰਹੇ ਆ ਵੀ ਪਾਕਿਸਤਾਨ ਨੂੰ ਬਚਾਓ। ਨਹੀਂ, ਕੋਈ ਵੱਡਾ ਸਿਆਸੀ ਲੀਡਰ ਜਿਵੇਂ ਛੋਟੂ ਰਾਮ ਹੋ ਗਿਆ, ਉਹ ਸਾਡੇ ਨੇੜੇ ਕੋਈ ਨਹੀਂ ਸੀਗਾ। ਚੱਲ ਕਿੱਥੇ ਪਿੰਡਾਂ ਦੇ ਵਿੱਚ ਉਹ ਆਉਣ ਦਿੰਦੇ ਸੀ ਜਿਹੜੇ ਤਕੜੇ ਬੰਦੇ ਸੀ ਨਾ, ਉਹ ਜਗੀਰਦਾਰ, ਉਹੀ ਆਉਂਦੇ ਸੀ ਅੱਗੇ। ਉਹਨਾਂ ਦੀ ਹਕੂਮਤ ਹੁੰਦੀ ਸੀ, ਉਹੀ ਅੱਗੇ ਆਏ ਆ, ਉਹੀ ਹਕੂਮਤ ਉਹਨਾਂ ਦੇ ਹੱਥ 'ਚ ਹੁੰਦੀ ਸੀ। ਇਹ ਜਿਹੜੇ ਪਿੰਡਾਂ ਦੇ ਲੋਕ ਮਾੜੇ ਧੇੜੇ ਜਿਹੜੇ 5-4 ਮੁਰੱਬਿਆਂ ਵਾਲੇ, ਵੀ ਉਹਨਾਂ ਨੂੰ ਕੌਣ ਪੁੱਛਦਾ ਸੀਗਾ? ਸਾਡੀ ਸੰਭਾਲ 'ਚ ਵੋਟ 5 ਮੁਰੱਬਿਆਂ ਤੋਂ ਘੱਟ ਇੱਕ ਵਾਰ ਇਲੈਕਸ਼ਨ ਦੇਖਿਆ ਸੀ ਸੰਭਾਲ ਆ ਮੈਨੂੰ ਉਹਦੀ, 5 ਮੁਰੱਬਿਆਂ 'ਤੇ ਘੱਟ ਜਿਹਦਾ ਹੋਵੇ ਤਾਂ ਵੋਟ ਨਹੀਂ ਸੀ। ਫਿਰ ਹੋ ਗਿਆ ਵੀ ਲੰਬੜਦਾਰੀਆਂ ਦੇ ਪਿੰਡ 'ਚ ਇਲੈਕਸ਼ਨ ਹੋਇਆ, ਲੰਬੜਦਾਰ ਦਾ ਵੋਟ, ਜੈਲਦਾਰ ਦਾ ਵੋਟ। ਇਹ ਤਾਂ ਫਿਰ ਬਾਅਦ 'ਚ ਜਦ ਨੇੜੇ ਆ ਗਿਆ ਨਾ ਆ ਰੱਦੋ ਬਦਲ ਦੇ, ਫਿਰ ਹੀ ਇਹ ਹਰ ਇਨਸਾਨ ਦਾ ਵੋਟ ਬਣਿਆ। ਵੀ ਪਹਿਲਾਂ ਕਿੱਥੇ ਇਹਨਾਂ ਨੂੰ ਇਜਾਜ਼ਤ ਹੁੰਦੀ ਸੀ ਤੈਨੂੰ ਦੱਸਿਆ ਗਿਆ? ਤੁਹਾਡਾ ਵਿਆਹ ਫਿਰ ਕਿੰਨੀ ਉਮਰ 'ਚ ਹੋਇਆ ਸੀਗਾ? ਛੋਟਾ ਜਿਹਾ ਸੀ। ਕਿੰਨਾ ਛੋਟਾ? ਬਸ ਐਵੇਂ 10 ਦਾ ਹੋਊਗਾ। ਅੱਡੀ ਜਲਦੀ ਵਿਆਹ ਕਰਤਾ ਮਾਂ ਪਿਓ ਨੇ? ਬਾਬਾ ਜੀ ਘਰ ਵਾਲੀ ਦਾ ਮਾਂ ਬਾਪ ਮਰਿਆ ਮਰ ਗਿਆ ਸੀਗਾ, ਫਿਰ ਉਹ ਇਸ ਵਾਸਤੇ। ਨਹੀਂ ਤਾਂ ਤੁਹਾਡੇ ਦੋ ਬੜੇ ਭਰਾ ਵੀ ਤਾਂ ਸੀਗੇ ਨਾ? ਉਹ ਵਿਆਹ ਉਹਨਾਂ ਦਾ ਵੀ ਕੀਤਾ ਸੀ। ਅੱਛਾ, ਤੁਹਾਡਾ ਵੀ ਵਿਆਹ ਕਰਤਾ ਇਸੇ ਪਿੰਡ ਦੇ ਵਿੱਚ ਜਾਂ ਕਿਤੇ ਹੋਰ ਦੇ ਭਰਾ? ਨਹੀਂ, ਉਹ ਝੁਮਰੇ ਕੋਲੇ ਆ। ਅੱਛਾ, ਉਹ ਆਪਣੇ ਰਿਸ਼ਤੇਦਾਰ ਸੀਗੇ? ਰਿਸ਼ਤੇਦਾਰ ਸੀ, ਮਾਸੀ ਦੇ ਸੀ। ਅੱਛਾ, ਮਾਸੀ ਦੇ ਸੀ। ਆ ਛੋਟਾ ਬੇਟਾ ਮੇਰਾ ਬੈਠਾ ਗਿਆ। ਅੱਛਾ, ਤੂੰ ਫਿਰ ਜਿਵੇਂ ਉਸ ਵਕਤ ਬੱਚਿਆਂ ਨੂੰ ਚਾਹ ਹੁੰਦੇ ਵੀ ਮੇਰਾ ਨਾਨਕਿਆਂ 'ਤੇ ਵਿਆਹ ਹੋਵੇ ਜਾਂ ਚਾਚਿਆਂ ਦੇ ਵਿਆਹ ਹੋਵੇ, ਤੁਹਾਡਾ ਇੱਦਾਂ ਦੀ ਕੋਈ ਦਿਲ 'ਚ ਸੀਗੀ ਖਾਹਿਸ਼ ਵੀ ਮੈਂ? ਨਹੀਂ ਨਹੀਂ, ਉਸ ਵੇਲੇ ਤਾਂ ਸ਼ਰਮਾਉਂਦੇ ਹੀ ਬੜੇ ਮਾਂ ਬਾਪ ਕੋਲ ਹੁੰਦੇ ਸੀ। ਜਿਹੜੇ ਬਾਪ ਜਵਾਨ ਵੀ ਸੀ ਨਾ, ਦੋ ਇੱਕ ਬੱਚਿਆਂ ਦੇ ਬਾਪ ਵੀ ਹੋਏ ਹੁੰਦੇ ਸੀ, ਆਪਦੇ ਮਾਂ ਬਾਪ ਦੇ ਸਾਹਮਣੇ ਆਪਦੇ ਬੀਵੀ ਨੂੰ ਬੁਲਾਉਂਦੇ ਨਹੀਂ ਸੀ, ਇੰਨੇ ਸ਼ਰਮਾਉਂਦੇ ਹੁੰਦੇ ਸੀ ਲੋਕ। ਫਿਰ ਜਿਵੇਂ ਮੀਆਂ ਬੀਵੀ ਆਪਸ 'ਚ ਕਦੇ ਕਦੇ ਜਦੋਂ ਨਵਾਂ ਨਵਾਂ ਵਿਆਹ ਆਉਂਦਾ ਰੋਸੇ ਮਨੇਵੇ ਵੀ ਹੁੰਦੇ ਆ, ਝਗੜੇ ਵੀ ਹੁੰਦੇ ਆ, ਤੁਹਾਡੇ ਵੀ ਹੁੰਦੇ ਸੀਗੇ? ਨਾ, ਝਗੜੇ ਫਿਰ ਕਾਹਦੇ ਹੋਣੇ ਆ, ਪਤੀਲੇ ਦੇ ਜੋੜ 'ਤੇ ਹੀ ਪਸ਼ੂ ਡੰਗਰ ਦਾ ਝਗੜੇ ਤਾਂ ਸਾਡੇ ਤੋਂ ਦੇਖ ਲਾ ਵੀ ਅਸੀਂ ਜਿੰਨੇ ਭਾਈ ਹਾਂ ਹਜੇ ਵੀ ਇਕੱਠੇ ਹਾਂ, ਪੋਤਿਆਂ ਪੜੋਤਿਆਂ ਦੇ ਅਸੀਂ ਹੋਏ ਹਾਂ, ਅਜੇ ਅਸੀਂ ਇਕੱਠੇ ਹਾਂ। ਮਾਸ਼ਾ ਅੱਲਾਹ, ਬੜੀ ਅੱਛੀ ਗੱਲ ਹੈ। ਫਿਰ ਬੱਚਿਆਂ ਨੂੰ ਤੁਸੀਂ ਫਿਰ ਸਕੂਲੇ ਪਾਇਆ ਹੁਣ? ਹਾਂਜੀ, ਸਕੂਲੇ ਸਾਰੇ ਬੱਚੇ ਪੜ੍ਹ ਗਏ, ਕੋਈ ਨੌਕਰੀਆਂ ਕਰਦੇ ਆ। ਵੱਡਾ ਮੁੰਡਾ ਸਾਡਾ? ਵੱਡਾ ਮੁੰਡਾ ਕੀਰਮਲ ਰਹਿੰਦਾ, ਉਹ ਬੈਂਕ 'ਚ ਹੁੰਦਾ ਸੀਗਾ ਕੈਸ਼ੀਅਰ। ਅੱਛਾ, ਉਸ ਤੋਂ ਛੋਟਾ? ਉਹ 347 'ਚ ਖੇਤੀ ਕਰਦਾ। ਉਦੋਂ ਜਿਹੜਾ ਉਸ ਤੋਂ ਛੋਟਾ ਸੀਗਾ ਬੜੇ ਤੋਂ, ਉਹ ਫੌਤ ਹੋ ਗਿਆ ਸੀ, ਉਹਦੇ ਦੋ ਬੱਚੇ ਸੀ ਛੋਟੇ ਛੋਟੇ।
एक 2 साल का सी जब फौत हो गया, एक 5 साल का सी। आ छोटा मेरा बच्चा बस। ते बच्चियां? बच्ची कोई नहीं, बेटी कोई नहीं। उन्हें दी कमी महसूस होंदी है? कमी कादी महसूस होनी है, जब औलाद नेक आ तो कोई कमी नहीं महसूस होंदी। नहीं जिवें ना दिल च बंदे भाई अल्लाह ने पोता दित्ते है, धी भी दित्ती होंदी, तो मतलब ओदी होर चासा ये अपने चित्त च ही नहीं रखी। दूजे ने जिहड़ी दूजे भाइयां दियां कट्ठे दा तैनूं दस्सिया, उन्हां नूं धीआं मंगणो समझदे आ, उह सानूं आपां मंगणा समझदी आ, उह कमी उत्थे पूरी होंदी है। ठीक ठीक बहुत अच्छा, बहुत वधिया हो गया। होर बजुर्गो कोई ऐसी गल जिहड़ी मैं ना पुछी होवे तुहाडा दिल करदा वे सुणाउण नूं, तुसीं सुणा सकदे आ? ठीक है, उस वेले दे हवाले नाल। उस वेले दे हवाले नाल हुण याद ही नहीं रहिंदियां, होईयां होईयां ते बहुत होंदियां। इंडिया चो ओ महंगा अच्छा, ओ लक्ष्मण लक्ष्मण दास इंडिया दे विच एक साई हुंदा सीगा, ओहदे नाल परप्पण बहुत सीगा। अच्छा, ओ उत्थे गेड़े गुड़े भी मार गया दो, ते ओ मरे ते हटिया, यानी ओहदे खास पत्तर सानू आउंदा रहा। दो वारी ਉਹ ਪਾਕਿਸਤਾਨ ਬਣੇ ਅਤੇ ਬਾਅਦ 'ਚ ਵੀ ਇੱਥੇ ਉਹ ਮਿਲਦਾ ਰਿਹਾ, ਲਕਸ਼ਮਣ ਦਾਸ ਹੁੰਦਾ ਸੀਗਾ ਲੁਧਿਆਣੇ ਬਸ। ਫਿਰ ਤੁਸੀਂ ਨਹੀਂ ਗਏ ਉਹਨੂੰ ਮਿਲਣ ਲਈ? ਸਾਡੀ ਪਹੁੰਚ ਹੀ ਨਹੀਂ ਪਈ, ਇੰਨੇ ਨਾਲੇ ਇੰਨੀ ਜਿਹੜੀ ਹੁੰਦੀ ਹੈ ਨਾ, ਆਪਣਾ ਘਰ ਜਿਹੜਾ ਛੱਡ ਕੇ ਜਾਣਾ ਨਾ, ਉਹਨੂੰ ਯਾਦਦਾਸ ਹੁੰਦੀ ਆ ਵੀ ਮੈਂ ਆਪਣਾ ਜੰਮਣ ਭੋਗ ਦੇਖਾਂ। ਉਹ ਇਸ ਵਾਸਤੇ ਜਿਹੜੇ ਉੱਧਰੋਂ ਆਉਂਦੇ ਸੀ ਨਾ, ਉਹ ਆਪਣਾ ਜੰਮਣ ਭੋਗ ਦੇਖਣ ਆਉਂਦੇ ਸੀ। ਜਿਨ੍ਹਾਂ ਦਾ ਜੰਮਣ ਭੋਗ ਇੱਥੇ ਸੀਗਾ ਉਹ ਨਹੀਂ ਸੀ ਘੱਟ ਖਿਆਲ ਕਰਦੇ। ਠੀਕ ਹੈ, ਜਿੱਥੇ ਜੰਮ ਪਲ ਹੋਵੇ ਨਾ ਉੱਥੇ ਲਾਜ਼ਮੀ ਚਿੱਤ ਕਰਦਾ ਹੁੰਦਾ ਕਦੇ ਨਾ ਕਦੇ ਨਾ ਵੀ ਮੈਂ ਉਹ ਜਗ੍ਹਾ ਦੇਖ ਕੇ ਆਵਾਂ। ਸਾਡਾ ਵੱਡਾ ਭਾਈ ਪੜ੍ਹਦਾ ਹੁੰਦਾ ਸੀ 33 ਸਕੂਲ 'ਚ, ਲੰਬੜਦਾਰ ਸ਼ਰੀਫ ਪੜ੍ਹਦਾ ਹੁੰਦਾ ਸੀਗਾ, ਜਮਾਲਦੀਨ ਦਾ ਲੜਕਾ। ਇਹਨਾਂ ਇਕੱਠਿਆ ਜਾਣਾ, ਇਹਨਾਂ ਨੇ ਇੱਕ ਡੰਡੀ ਸਿੱਧੀ ਗਿਣੀ ਹੁੰਦੀ ਸੀਗੀ ਰਸਤਾ। ਜਦ ਪਾਕਿਸਤਾਨ ਬਣ ਗਿਆ, ਪੁੱਤ ਪੋਤਿਆਂ ਦੇ ਹੋ ਗਏ, ਇੱਕ ਦਿਨ ਇੱਥੇ ਬੈਠੇ ਬੈਠੇ ਉਹ ਕਹਿੰਦਾ ਯਾਰ ਆਪਾਂ ਆਪਣੀ ਰਸਤਾ ਜਿਹੜਾ ਜਾਂਦੇ ਹੁੰਦੇ ਸਕੂਲ ਨੂੰ ਉਹ ਤਾਂ ਦੇਖੀਏ ਕਿਤੇ, ਚਲੋ ਵੀ ਪ੍ਰੋਗਰਾਮ ਬਣਾ ਲਿਆ ਅਤੇ ਦੇਖ ਲਓ ਵੀ ਉਹ ਪੈਦਲ ਤੁਰ ਕੇ ਉਸ ਰਸਤੇ 33 ਦੇ ਕਾਲਜ ਤਾਈਂ ਗਏ, ਉੱਥੋਂ ਫਿਰ ਉਸੇ ਰਸਤੇ ਮੁੜ ਕੇ ਆਏ। ਕਹਿੰਦੇ ਅਸੀਂ ਆਪਦੀ ਯਾਦਦਾਸ਼ਤ ਦੇਖ ਕੇ ਆਏ। ਬਿਲਕੁਲ ਸਹੀ ਗੱਲ, ਇਸ ਵਾਸਤੇ ਉਹ ਆਉਂਦੇ ਸੀ ਜਿਹੜੇ ਆਪਣਾ ਘਰ ਛੱਡ ਕੇ ਗਏ ਸੀ ਨਾ, ਉੱਥੇ ਦੇਖਣ ਆਉਂਦੇ ਸੀ। ਅੱਛਾ, ਤੁਸੀਂ ਆਪਣੇ ਦੌਰ ਦੇ ਵਿੱਚ ਕੋਈ ਵੱਡੇ ਸਿਆਸੀ ਲੀਡਰ ਨੂੰ ਜਾਣਦੇ? ਜ਼ਿਹਨ 'ਚ ਯਾਦ ਨਾ ਪੈਂਦਾ ਵਾ? ਸਾਡੇ ਸੰਭਾਲ ਜਾਂ ਪਹਿਲਾ ਇਲੈਕਸ਼ਨ ਹੋਇਆ ਨਾ ਆਮ ਬੰਦਿਆਂ ਦਾ, ਹਰੇਕ ਬੰਦੇ ਨੂੰ ਵੱਖ ਹੋ ਗਿਆ, ਉਸ ਵੇਲੇ ਫੈਸਲਾਬਾਦ ਦਾ ਅਬਦੁੱਲਾ ਸੀ, ਉਹ ਸੀ ਇੱਥੇ ਦਾ MLA ਸਾਡਾ, ਉਹ ਦੇਖਿਆ ਸੀਗਾ ਵਿੱਚ ਇੱਥੇ ਆਇਆ। ਹੋਰ ਕੋਈ ਨਹੀਂ, ਜਿਵੇਂ ਕਾਇਦੇ ਆਜ਼ਮ ਹੋ ਗਿਆ, ਲਿਆਕਤ ਅਲੀ ਖਾਨ ਹੋ ਗਿਆ, ਇਹੋ ਜਿਹੇ ਬਜ਼ੁਰਗਾਂ ਨੂੰ ਸੁਣਿਆ? ਉਹਨਾਂ ਦਾ ਐਡੀ ਕਿੱਥੇ ਇੱਥੇ ਸ਼ਕਲ ਵੀ ਨਹੀਂ ਦਿਖਾਲਦੇ, ਜੇ ਕਹਿ ਦੇਣਾ ਵੀ ਇੱਥੇ ਦਿਨ ਸਾਡਾ ਦੌਰਾ ਵਾ, ਉੱਥੇ ਦੌਰਾ ਵੀ ਕੈਂਸਲ ਹੋ ਜਾਂਦਾ ਸੀ। ਫਾਤਮਾ ਜਨਾਬ ਨੇ ਇਹਨਾਂ ਨੇ ਮਤਲਬ ਵੋਟ ਪਾਏ ਹੋਏ ਆ। ਅੱਛਾ, ਅਯੂਬ ਦੇ ਖਿਲਾਫ। ਅੱਛਾ, ਫਿਰ ਭਾਈ ਦੱਸ ਰਿਹਾ ਕਿ ਵੀ ਜਦੋਂ ਅਯੂਬ ਖਾਨ ਦੇ ਇਲੈਕਸ਼ਨ ਹੋਏ ਆ ਜੀ, ਅਤੇ ਤੁਸੀਂ ਫਾਤਮਾ ਜਨਾਬ ਨੂੰ ਵੋਟ ਪਾਇਆ ਸੀਗਾ? ਹਾਂ। ਅੱਛਾ, ਕਿਉਂ? ਹੱਕਦਾਰ ਉਹ ਸੀ। ਅੱਛਾ, ਹੱਕਦਾਰ ਆਪਦੀ ਜਾਇਦਾਦ ਦੇ ਤਾਂ ਉਹੀ ਸੀ ਨਾ। ਉਹਦੀ ਫਿਰ ਕਿਤੇ ਤਕਰੀਰ ਸੁਣੀ ਤੁਸੀਂ?
ਤਕਰੀਰ ਸੁਣਦੇ ਸੀਗੇ, ਆਹ ਟੀ ਵੀ ਟੂਵੀ 'ਚ ਆਉਂਦੀ ਨਹੀਂ ਸੀ। ਨਹੀਂ ਉਸਲੇ ਤਾਂ ਟੀ ਵੀ ਸੀਗੇ ਹੀ ਨਹੀਂ, ਨਹੀਂ ਸੀਗੇ ਸਾਡੇ ਪਿੰਡ ਸੀਗਾ, ਰੌਲੇ ਬਣ ਜਬ ਪਏ ਆ ਨਾ ਸਾਡੇ ਪਿੰਡ ਦਾ ਮੁਸ਼ਤਰਕਾ ਇੱਕ ਲਿਆਇਆ ਸੀਗਾ, ਕਿਤੇ ਬਾਹਰੋਂ ਜਾ ਕੇ ਲਿਆਉਂਦੇ ਸੀ, ਵੱਡਾ ਸਾਰਾ ਉਹ ਬੈਟਰੀਆਂ 'ਤੇ ਹੁੰਦਾ ਸੀ, ਰੇਡੀਓ ਹੋਣਾ, ਰੇਡੀਓ 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 ਹਾਂ, ਟੀ ਵੀ ਤਾਂ ਬਾਅਦ 'ਚ ਰੇਡੀਓ, ਹਾਂ ਉਹਦੇ 'ਤੇ ਸੁਣੀ ਤਕਰੀਰ। ਅੱਛਾ, ਰੇਡੀਓ 'ਤੇ ਤਕਰੀਰਾਂ ਸੁਣਦੇ ਸੀ। ਠੀਕ ਠੀਕ, ਆਹੋ ਰੇਡੀਓ ਦੀ ਗੱਲਾਂ ਹੋਈਆਂ ਤਾਂ ਫਿਰ ਰੇਡੀਓ 'ਤੇ ਤੁਸੀਂ ਵੀ ਤਾਂ ਫਿਰ ਸ਼ੌਕ ਤਾਂ ਰੱਖਦੇ ਹੀ ਹੋਣੇ ਰੇਡੀਓ ਸੁਣਨ ਦਾ। ਹਾਂ ਰੇਡੀਓ ਤਾਂ ਆਸ ਕੇ ਰੱਖਦੇ ਹੁੰਦੇ ਸੀਗੇ। ਅਤੇ ਕੀ ਗਾਣੇ ਗੁਣੇ ਸੁਣਦੇ ਹੋਊਗੇ? ਗਾਣੇ ਤੁਹਾਡੇ ਦੌਰ ਦਾ ਕਿਹੜਾ ਮਸ਼ਹੂਰ ਗੁਲਾਕਾਰ ਸੀਗਾ ਜਿਹੜਾ ਤੁਹਾਨੂੰ ਪਸੰਦ? ਜਦ ਅਸੀਂ ਛੋਟੇ ਛੋਟੇ ਸੀ ਦੀਨਾ ਇਕਬਾਲ ਸੀਗਾ। ਅੱਛਾ, ਉਸ ਤੋਂ ਬਾਅਦ ਕਰਮਦੀਨ ਆ ਗਿਆ, ਇਕਬਾਲ। ਅੱਛਾ, ਉਸ ਤੋਂ ਬਾਅਦ ਫਿਰ ਆਹ ਮੌਲਵੀ ਬੇਰਾਂ ਵਾਲੇ, ਇਹ ਆ ਗਏ। ਫਿਰ ਅਸੀਂ ਜਿਵੇਂ ਕਹਿੰਦੇ ਰਿਟਾਇਰ ਹੋ ਗਏ। ਅੱਛਾ, ਨਹੀਂ ਇਹ ਤਾਂ ਹੋ ਗਿਆ ਨਾ ਇਕਬਾਲ, ਜਿਵੇਂ ਇੱਕ ਆਲਮ ਲੁਹਾਰ ਹੋ ਗਿਆ, ਇਸ ਤਰ੍ਹਾਂ ਜਿਹੜੇ ਗੁਲੂਕਾਰ, ਇੱਦਾਂ ਦੇ ਗੁਲੂਕਾਰ ਸਾਡੇ ਪਿੱਛੋਂ ਲੁਧਿਆਣੇ 'ਚ ਆਉਂਦੇ ਹੁੰਦੇ ਸੀ। ਇੱਕ ਸਦੀਕ ਸੀ, ਹਾਂ ਹਾਂ ਸਦੀਕ, ਪੱਕੇ ਖੜਵੇਂ ਗਾਉਣੇ ਗਾਉਣ ਵਾਲਾ। ਇੱਕ ਛਪਾਰ ਦਾ ਸਾਡੇ ਜੜਹੇ ਪਿੰਡ ਦੇ ਨਾਲ ਛਪਾਰ ਸੀ, ਉੱਥੇ ਦਾ ਸੀਗਾ ਡੋਗਰ। ਅੱਛਾ, ਉਹ ਸੀ ਖੜਵੇਂ ਗਾਣੇ ਉਹ ਸਾਨਗੀ ਨਾਲ ਅਤੇ ਉਹਦੇ ਨਾਲ ਗਾਉਂਦਾ, ਇਹ ਮਸ਼ਹੂਰ ਸੀ, ਇਹਨਾਂ ਨੂੰ ਲੋਕ ਤਲਬ ਕਰਦੇ ਹੁੰਦੇ ਸੀ। ਅੱਛਾ, ਉਹ ਜਿਹੜਾ ਡੋਗਰ ਸੀਗਾ ਉਹਦਾ ਕੋਈ ਯਾਦ ਆ ਕੀ ਸੁਣਾਉਂਦਾ ਸੀਗਾ? ਉਹ ਜਿਹੜਾ ਪਿੰਡ ਵਾਲੇ ਬੈਠੇ ਜਿਹਨਾਂ ਨੇ ਸੱਦਿਆ ਨਾ, ਕਹਿਤਾ ਨਾ ਵੀ ਆਹ ਸਾਨੂੰ ਸੁਣਾ, ਉਹੀ ਸੁਣਾਈ ਜਾਂਦਾ ਸੀ। ਕੋਈ ਯਾਦ ਪੈਂਦਾ ਵੀ ਕੋਈ ਇਹੋ ਜਿਹੀ ਉਸ ਉਹਦੀ ਕੋਈ ਗੱਲਬਾਤ ਸੁਣਾਈ ਹੋਈ? ਹਾਈ, ਹੁਣ ਆਲਮ ਲੁਹਾਰ ਵੀ ਉਹੀ ਗਾਈ ਜਾਂਦਾ। ਨਹੀਂ ਤੁਸੀਂ ਸੁਣਾਓ ਤਾਂ ਜ਼ਰਾ ਉਸ ਉਹ ਡੋਗਰ ਦੀ ਕੋਈ ਜਿਹੜਾ ਗੀਤ ਜਾਂ ਜਿਹੜਾ ਉਹਨੇ ਜਾਣੀ ਇੱਕ ਸ਼ੇਰ ਉਹਦਾ ਇੱਕ ਸੀਗਾ, ਤੈਨੂੰ ਮੈਂ ਉਹ ਸੁਣਾ ਦਿੰਦਾ। ਸੁਣਾ ਸੁਣਾ। ਅਲਫ ਏਸ ਤਿੰਜਣ ਚ ਕੱਤਦੀ ਹੈ, ਤੇਰੇ ਹਾਣ ਦੀਆਂ ਚਰਖੜੇ ਚੁੱਕ ਗਈਆਂ, ਨਜ਼ਰ ਆਮਦੀ ਨਾ ਉਹਨਾਂ ਦੀ ਸ਼ਕਲ ਸਾਨੂੰ, ਸੋਹਣੀਆਂ ਸੂਰਤਾਂ ਮਿੱਟੀ ਹੇਠ ਲੁੱਕ ਗਈਆਂ, ਰਹੇ ਤੇਰੇ ਹਾਣ ਦੇ ਨਾਲ ਰੁੱਖ ਸਾਵੇ ਝੜ ਗਏ ਫਲ ਪੱਤਰ ਸ਼ਾਖਾਂ ਸੁੱਕ ਗਈਆਂ। ਇਹ ਜਦ ਆਖਰ 'ਤੇ ਜਾਂਦਾ ਸੀ ਫਿਰ ਇਹ ਸੁਣਾਉਂਦਾ। ਅਤੇ ਦੂਸਰਾ ਸਦੀਕ? ਸਦੀਕ ਉਹ ਗਾਉਣੇ ਆਹ ਹੀਰ ਦੇ ਮਲਕੀ ਸਸਤੀ ਪੁੰਨੂ ਇਹ ਜੇ ਪੂਰਨ ਭਗਤ, ਉਹ ਜਿਹੜਾ ਫਿਰ ਕਹਿ ਦਿਓ, ਜ਼ਿਆਦਾ ਸ਼ੌਕ ਨਾਲ ਅਸੀਂ ਪੂਰਨ ਭਗਤ ਸੁਣਦੇ ਹੁੰਦੇ। ਅੱਛਾ, ਫਿਰ ਤਾਂ ਯਾਦ ਵੀ ਹੋਣਾ ਚਾਹੀਦਾ, ਪੂਰਨ ਭਗਤ ਦੀ ਸ਼ੌਕ ਨਾਲ ਸੁਣਦੇ ਸੀਗੇ। ਇੱਦਾਂ ਹੀ ਸੁਣਾਓ ਜ਼ਰਾ ਪੂਰਨ ਭਗਤ ਦੀ ਕੋਈ ਗਾਣੀ। ਪੂਰਨ ਭਗਤ ਦੀ ਇਹ ਆ ਵੀ ਮੈਂ ਤੈਨੂੰ ਉਹ ਜਵਾਨੀ ਜਿਹੜੀ ਗੱਲ ਜੀ ਹੈ ਉਹ ਯਾਦ ਕਰਾ ਦਿੰਦਾ ਕਿ ਜਿਹੜਾ ਉਹ ਪੂਰਨ ਭਗਤ ਸੀਗਾ ਨਾ, ਅਤੇ ਉਹ ਨਜੂਮੀ ਹੁੰਦੇ ਸੀ, ਇਹਨਾਂ ਨੇ ਹਿੰਦੂ ਲੋਕ ਸੀ, ਇਹਨਾਂ ਨੇ ਨਜੂਮੀ ਨੂੰ ਸੱਦਿਆ ਵੀ ਮੇਰੇ ਬੱਚਾ ਪੈਦਾ ਹੋਇਆ, ਵੀ ਇਹਦੇ 'ਤੇ ਕੋਈ ਠੀਕ ਆ। ਉਹ ਨਜੂਮੀ ਨੇ ਕਿਹਾ ਇਹਦੇ 'ਤੇ 12 ਸਾਲ ਤੱਕ ਗਰੋਹ ਆ, ਫਿਰ ਅੱਗੇ 12 ਸਾਲ ਉਹਨੇ ਸੁਝਾਦਾ ਸੀਗਾ, ਉਹਨੇ 12 ਸਾਲ ਭੋਰਾ ਬਣਾ ਕੇ। ਅੱਛਾ ਜੀ, ਹਾਂਜੀ ਸੁਣਾ। ਉਹ ਫਿਰ ਕਹਿੰਦੇ 12, ਹਾਂਜੀ, ਉਹਦੀ ਮਾਂ ਨੂੰ ਔਰ ਬੱਚੇ ਨੂੰ ਘੋੜੇ 'ਚ 12 ਸਾਲ ਵਾਸਤੇ ਰਾਸ਼ਨ ਪਿਛਾ ਕੇ ਨਾ ਜਮ੍ਹਾਂ ਕਰਕੇ ਤਾੜਦਾ। ਅੱਛਾ, ਉੱਥੇ ਉਹ 12 ਸਾਲ ਤੋਂ ਬਾਅਦ ਫਿਰ ਜਦੋਂ ਸ਼ਾਦੀ ਹੋਰ ਕਰਾ ਲਈ, ਉਹਦਾ ਨਾਂ ਸੀ ਲੂਣਾ, ਜਿਹੜੀ ਸ਼ਾਦੀ ਕਰਾਈ ਹੈ, ਅਤੇ ਪਹਿਲੀ ਉਹਦੀ ਅਸਲ ਮਾਂ ਸੀ ਇੱਛਰਾਂ, ਉਹਦਾ ਨਾਂ ਸੀ। ਉਹ ਜਦ ਫਿਰ ਨਿਕਲ ਕੇ ਆ ਕੱਢ ਲਿਆਂਦਾ ਤਾਂ ਬਾਪ ਨੂੰ ਮਿਲਿਆ, ਅਤੇ ਬਾਪ ਨੇ ਕਿਹਾ ਵੀ ਤੇਰੀ ਮਾਂ ਕਪੂਰ ਆ, ਉਹਨੂੰ ਵੀ ਮਿਲਿਆ, ਹੁਸਨ ਬਹੁਤ ਸੀ। ਉਹ ਕਹਿੰਦੇ ਜਿਹੜੇ ਰਾਜੀ ਆ ਵੀ ਹੁਸਨ ਬੜਾ ਸੀ, ਉਹ ਕਹਿਣ ਲੱਗੇ ਵੀ ਤੂੰ ਜਾ ਉਹਨੂੰ ਮਾਂ ਨੂੰ ਮਿਲਿਆ, ਮਾਂ ਬੇਈਮਾਨ ਹੋ। ਅੱਛਾ, ਉਹ ਸ਼ਕਲ ਦੇਖ ਕੇ ਬੇਈਮਾਨ ਹੋ ਗਈ, ਉਹ ਕਹਿਣ ਲੱਗੀ ਮੈਂ ਬਾਦਸ਼ਾਹ ਨੂੰ ਤਾਂ ਮਿੰਟੀ ਕੁਝ ਨਹੀਂ ਪੜਿਆ ਵੀ ਖਿਲਾ ਦੂੰ ਤੈਨੂੰ, ਅਤੇ ਤੂੰ ਮੇਰੇ ਕੋਲ, ਆਪਾਂ ਦੋਵੇਂ ਬਾਦਸ਼ਾਹ ਹੀ ਕਰਾਂਗੇ। ਉਹਨੇ ਮਾਂ ਮਾਂ ਕਹਿਣ ਉਹਨੇ ਹਟਿਆ, ਫਿਰ ਉਹ ਨਾ ਮੰਨੀ ਤਾਂ ਉਹ ਕੱਪੜੇ ਜਿਸਮ ਦੇ ਆਪਦੇ ਪਾੜ ਪੂੜ ਕੇ
ਇਹ ਜਿਹੜੇ ਡਰਾਮੇ ਡਰੂਮੇ ਵੀ ਕਰਦੇ ਸੀ ਉਹ ਵੀ ਸ਼ੋਅ ਦਿਖਾਲਦੇ ਸੀ ਤੇ ਬਾਦਸ਼ਾਹ ਆਉਂਦੇ ਨੂੰ ਜੀ ਉਹ ਪੈ ਗਈ ਕਾਕਾ ਉਹ ਸੁਣਦੇ ਤੇ ਚੱਲ ਉਹ ਜੀ ਕਹਿੰਦੀ ਜਦ ਉਹ ਆਇਆ ਕੀ ਗੱਲ ਆ ਕਹਿੰਦੀ ਤੇਰੇ ਜਿਹੜਾ ਪੂਰਨਾ ਉਹਨੇ ਮੈਨੂੰ ਹੱਥ ਪਾ ਲਿਆ ਕੀ ਕਰਨਾ ਕਹਿੰਦੀ ਉਹਦਾ ਰੱਤ ਨਾ ਮੈਂ ਯੂੰ ਉਹਦੀ ਉਹ ਜੇ ਦੇ ਦਿੱਤਾ ਉਹਨਾਂ ਨੂੰ ਸਾਈਆਂ ਨੂੰ ਉਹਨਾਂ ਨੇ ਕਿਸੇ ਹੋਰ ਜਾਨਵਰ ਦੀ ਰੱਤ ਦੇ ਦਿੱਤੀ ਕਿ ਨਹੀਂ ਪੱਠਿਆਂ ਦਾ ਸਵਾਲ ਫਿਰ ਉਹ ਅਸਲ ਕਤਲ ਕਰਕੇ ਸੜਦਾ ਸੀ ਖੂਹ 'ਚ ਇਹ ਜਾਣੀ ਤੇ ਰਾਗੀ ਸੁਣਾਉਂਦੇ ਹੁੰਦੇ ਸੀ ਹੁਣ ਭੁੱਲ ਭੱਲ ਗਈਆਂ ਠੀਕ ਆ ਸਹੀ ਗੱਲ ਅੱਛਾ ਇਹ ਤਾਂ ਹੋ ਗਿਆ ਉਸ ਵਕਤ ਦੀ ਗੱਲ ਜਦੋਂ ਫਿਰ ਇਹ ਸੰਨ 65 ਦੀ ਜੰਗ ਲੱਗੀ ਸੀਗੀ ਕੋਈ ਜੰਗ ਦਾ ਯਾਦ ਪੈਂਦਾ ਸੰਨ 65 ਦੀ ਜੰਗ ਤਾਂ ਸਾਡੀ ਚੰਗੇ ਭਲੇ ਸੀ ਜਵਾਨ ਸੀ ਸਾਡੇ ਬੱਚੇ ਵੀ ਸੀਗੇ ਨਹੀਂ ਉਹ ਤਾਂ ਠੀਕ ਆ ਉਸ ਦੌਰ ਦੀ ਕੋਈ ਯਾਦਗਿਰੀ ਸੁਣਾਓ ਕਿ ਬਈ ਉਹਨਾਂ ਦਿਨਾਂ ਸੁਣਿਆ ਨੂਰ ਜਹਾਨ ਦੇ ਗਾਣੇ ਬੜੇ ਚੱਲਦੇ ਸੀ ਹਾਂ ਉਹ ਜਾ ਕੇ ਮਹਾਤੇ ਗਾਉਂਦੀ ਸੀ ਹਾਂ ਅੱਛਾ ਫਿਰ ਰੇਡੀਓ ਤੋਂ ਹੁਣ ਆਪਾਂ ਅੱਗੇ ਚੱਲ ਰੋਕਦੇ ਹਾਂ ਫਿਰ ਫਿਲਮਾਂ ਵੀ ਕਦੀ ਦੇਖਦੇ ਸੀ ਸਿਨੇਮੇ 'ਤੇ ਜਾ ਕੇ ਦੇਖਦੇ ਸੀ ਕਿੱਥੇ ਹੀ ਹਾਂ ਕਿੱਥੇ ਫਿਲਮ ਦੇਖਣ ਜਾਂਦੇ ਹੁੰਦੇ ਸੀਗੇ ਫਿਲਮ ਦੇਖਣ ਜਾਂਦੇ ਹੁੰਦੇ ਸੀ ਜਾਂ ਤਾਂ ਮੇਲੇ 'ਤੇ ਟਾਕੀ ਆ ਜਾਣੀ ਠੀਕ ਆ ਅਤੇ ਜਾਂ ਇੱਕ ਵਾਰੀ ਮੈਂ ਹਲਕਾ ਜਿਹਾ ਸੀਗਾ ਅਤੇ ਫੈਸਲਾਬਾਦ ਦੇਖੀ ਸੀ ਉਹਦੇ ਚੇਤ ਦੀ ਮੰਡੀ ਲੱਗੀ ਸੀਗੀ ਹੁੰਦੀ ਸੀ ਲੱਗਦੀ ਉੱਥੇ ਦੇਖੀ ਸੀ ਕਿੰਨਾ ਕੁ ਟਿਕਟ ਲੱਗਾ ਸੀਗਾ ਉਸ 6 ਆਨੇ ਕੋਲ ਅਤੇ ਫਿਲਮ ਕਿਹੜੀ ਸੀਗੀ ਫਿਲਮ ਉਹ ਯਾਦ ਨਹੀਂ ਆਉਂਦਾ ਹਾਂ ਭਾਈ ਭਾਈ ਦੇਖੀ ਸੀ ਭਾਈ ਭਾਈ ਅਤੇ ਉਹਦੇ 'ਚ ਫਿਰ ਗਾਣੇ ਵੀ ਹੁੰਦੇ ਹੋਣੇ ਆ ਗਾਣੇ ਕੋਈ ਯਾਦ ਹੀ ਨਹੀਂ ਹੁਣ ਗਾਣੇ ਹੁੰਦੇ ਸੀ ਜਦ ਨਹੀਂ ਉਹ ਅਸਾਂ ਜਿਵੇਂ ਬੰਦੇ ਨੇ ਜਿਹੜੇ ਪਹਿਲੀ ਫਿਲਮ ਜਿਵੇਂ ਦੇਖੀ ਹੋਈ ਹੋਵੇ ਨਾ ਉਹਦੀਆਂ ਖਾਸ ਉਹ ਤਾਂ ਬੰਦੇ ਦੇ ਦਿਲ 'ਤੇ ਦਿਮਾਗ 'ਤੇ ਨਕਸ਼ ਹੋ ਜਾਂਦੀ ਆ ਕਿ ਵੀ ਮੈਂ ਆਹ ਦੇਖੀ ਸੀਗੀ ਉਹ ਹੁਣ 50 ਸਾਲ ਹੋ ਗਏ ਇੰਨੇ ਦਿਮਾਗ 'ਚ ਰਹਿੰਦੀ ਆ ਹੁਣ ਤਾਂ ਆਪਣੀ ਜਿਵੇਂ ਕਹਿੰਦੇ ਬੜੇਪੇ ਵਾਲੂ ਦੇਖਦੇ ਹਾਂ ਮੈਂ ਜਿਹੜੀ ਨਾ ਹਾਲੇ ਸਕੂਲੇ ਨਹੀਂ ਸੀ ਦਾਖਲ ਹੋਇਆ 1968 ਦੀ ਗੱਲ ਆ ਜਦੋਂ ਮੈਂ ਪਹਿਲੀ ਫਿਲਮ ਦੇਖੀ ਸੀਗੀ ਫਿਲਮ ਦਾ ਨਾਮ ਮੈਨੂੰ ਵੀ ਨਹੀਂ ਸੀ ਪਤਾ ਵੀ ਕੀ ਨਾਂ ਆ ਲੇਕਿਨ ਉਹਦੇ ਕੋਲ ਜਿਹੜੇ ਸੀਨ ਆ ਨਾ ਉਹ ਮੈਨੂੰ ਯਾਦ ਰਹਿ ਗਏ ਠੀਕ ਹੈ ਉਹ ਫਿਲਮ ਦਾ ਨਾਂ ਸੀਗਾ ਮਲੰਗੀ ਡਾਕੂ ਦੇ ਨਾਂ 'ਤੇ ਬਣੀ ਸੀਗੀ ਮਲੰਗੀ ਡਾਕੂ ਤਾਂ ਮੈਂ ਇੱਦਾਂ ਪੁੱਛਦਾ ਸੀ ਮੈਂ ਕਿਹਾ ਸ਼ਾਇਦ ਤੁਹਾਨੂੰ ਕੋਈ ਉਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਅੱਛਾ ਉਹ ਇੱਕੋ ਹੀ ਦੇਖੀ ਫਿਲਮ ਫਿਲਮ ਹੋਰ ਦੇਖੀ ਆ ਡਰਾਮੇ ਡਰੂਮੇ ਜਾਂ ਫਿਲਮਾਂ ਦੇਖੀਆਂ ਉਹ ਫਿਰ ਯਾਦ ਨਹੀਂ ਰਹਿੰਦੀ ਹੈ ਅੱਛਾ ਫਿਰ ਇਹ ਦੱਸੋ ਵੀ ਰੇਡੀਓ 'ਤੇ ਨਾ ਇੱਕ ਪ੍ਰੋਗਰਾਮ ਆਉਂਦਾ ਸੀਗਾ ਸੈਰ ਦੂਸਰਾ ਤਲਕੀਨ ਸ਼ਾਹ ਉਹ ਬੜੇ ਸ਼ੌਕ ਨਾਲ ਸੁਣਦੇ ਸੀ ਤਲਕੀਨ ਸ਼ਾਹ ਦੇ ਸ਼ੌਕ ਨਾਲ ਸੁਣਦੇ ਸੀ ਅੱਛਾ ਉਹ ਇਸ਼ਫਾਕ ਅਹਿਮਦ ਤਲਕੀਨ ਸ਼ਾਹ ਬਣਿਆ ਹੁੰਦਾ ਸੀ ਉਹ ਲੋਹਾ ਗਰਮ ਹੋ ਗਿਆ ਉਸ ਸੰਨ 65 ਦੇ ਵਿੱਚ ਉਹ ਕਹਿੰਦਾ ਹੁੰਦਾ ਸੀ ਨਾ ਹੁਣ ਲੋਹਾ ਗਰਮ ਹੋ ਗਿਆ ਅਤੇ ਮੈਂ ਹੁਣ ਚੱਲਿਆ ਵੀ ਜਹਾਜ਼ ਗਰਮ ਹੋ ਗਿਆ ਮੈਂ ਜਹਾਜ਼ ਚੱਲਿਆ ਵਾਂ ਮਹਾਜ 'ਤੇ ਅੱਛਾ ਜਦੋਂ ਇਹ ਦੂਸਰਾ ਫਿਰ ਸੰਨ 70 ਦੀ ਜੰਗ 'ਚ ਮੁਲਕ ਦੇ ਸਾਡੇ 2 ਟੋਟੇ ਹੋ ਗਏ ਉਸ ਵਕਤ ਤੁਹਾਡੇ ਕੀ ਖਿਆਲ ਸੀਗੇ ਸੋਚ ਸੀਗੀ ਕੀ ਹੋਇਆ ਉਸ ਵੇਲੇ ਤਾਂ ਮੈਨੂੰ ਤਾਂ ਇਹ ਲੱਗਿਆ ਵੀ ਜਿਹੜਾ ਨਾ ਜਿਹੜਾ ਸਦਰ ਸੀ ਨਾ ਉਹ ਮੁਜੀਬ ਸੀਗਾ ਅੱਛਾ ਉਹਦੇ ਲਈ ਬੰਗਾਲੀ ਸੀਗਾ ਅਕਸਰੀਤ ਉਹਦੀ ਸੀ ਇਹਨਾਂ ਨੇ ਫਿਰ ਉਹ ਜਿਵੇਂ ਕਹਿੰਦੇ ਸਿਆਸਤ ਦੇ ਵਿੱਚ ਵੀ ਤੂੰ ਇੱਧਰ ਆ ਮੈਂ ਇੱਧਰ ਫਿਰ ਉਹ ਹੀ ਗਏ ਆਪੇ ਦੁੱਖ ਹੋਇਆ ਸੀਗਾ ਉਸ ਨੂੰ ਦੁੱਖ ਤੁਹਾਨੂੰ ਹੋਇਆ ਸੀਗਾ ਟੁੱਟਣ ਦਾ ਬਹੁਤ ਉਹ ਚੰਗੀ ਚੀਜ਼ ਤਾਂ ਛੱਡ ਕੇ ਹੀ ਨਹੀਂ ਸੀ ਗਏ ਹੌਲੀ ਹੌਲੀ ਖਿੱਚੀ ਗਏ ਬੰਗਾਲੀ ਹੁਸ਼ਿਆਰ ਬਹੁਤ ਬਲਕਿ ਸਾਡੇ ਪਿੰਡ ਦਾ ਮੁੰਡਾ ਵੀ ਇੱਕ ਸੀਗਾ ਫਿਰ ਉੱਧਰ ਜਿਹੜਾ ਰਿਹਾ ਆ ਨਾ ਬਾਅਦ 'ਚ ਆਇਆ ਉਹ 6 ਮਹੀਨੇ ਅੱਛਾ ਉਹ ਬੜੇ ਕੈਦੀ ਹੋ ਗਏ ਸੀਗੇ ਕੈਦੀ ਉਹਨਾਂ ਦੇ ਸੀ ਨਾ ਆਹ ਫੌਜੀ ਸੀਗਾ ਅਤੇ ਉੱਧਰ ਕੈਦੀ ਰੱਖਿਆ ਜਾ ਫਿਰ ਤਬਾਦਲਾ ਫਿਰ ਹੋਇਆ ਰਹਿੰਦੇ ਖੂੰਹਦੇ ਹੁੰਦੇ ਉਦੋਂ ਫਿਰ ਉਹ ਆਇਆ ਚਲੋ ਜੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਗੱਲਾਂ ਦੱਸੀਆਂ ਉਸ ਵਕਤ ਦੀਆਂ ਸ਼ੁਕਰੀਆ ਕੋਈ ਹੋਰ ਬਸ ਮਿਹਰਬਾਨੀ